ਅੱ비 ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰঞ্জੀਤ ਸਿੰਘ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਐਮ ਸਾਰਿਆਂ ਦੇ ਦਰਸ਼ਕਾਂ ਦਾ ਜੋ ਕਿ ਪੰਜਾਬੀ ਨੈਸ਼ਨਲ ਟੀਵੀ ਇਸ ਸਮੇਂ ਦੇਖ ਰਹੇ ਨੇ 24 ਘੰਟੇ 7 ਦਿਨ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਪੰਜਾਬੀ ਨੈਸ਼ਨਲ ਟੀਵੀ ਕੈਲਗਰੀ ਅਤੇ ਐਡਮਿੰਟਨ ਦੇ ਸਮੇਂ ਮੁਤਾਬਕ ਸਵੇਰੇ ਲਗਭਗ 8:00 ਜੀ ਤੋਂ ਲੈ ਕੇ 9:00 ਤੱਕ ਸਾਡੀ ਕੋਸ਼ਿਸ਼ ਹਿੰਦੀ ਕਿ ਦਾ ਰঞ্জੀਤ ਸਿੰਘ ਜੀ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਦੀ ਸਾਂਝ ਪਾਈਏ ਪੰਜਾਬ ਤੋਂ ਪ੍ਰਸਿੱਧ ਲੇਖਕ ਪ੍ਰਸਿੱਧ ਬੁਲਾਰੇ ਪ੍ਰੋਫੈਸਰ ਗੁਰਪ੍ਰਜਨ ਗੇਲ ਹੁਣ ਨਾਲ ਵੱਖ-ਵੱਖ ਵਿਸ਼ਿਆਂ ਤੇ ਉਹਨਾਂ ਤੋਂ ਉਹਨਾਂ ਦੇ ਵਿਚਾਰ ਚੰਨਣ ਦੀ ਸਾਡੀ ਕੋਸ਼ਿਸ਼ ਰਹਿੰਦੀ ਹੈ ਗਿਲਸਾਹ ਲੁਧਿਆਣਾ ਸ਼ਹਿਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਗਿਲਸਾਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਣਾ ਭਰਾਵਾਂ ਨੂੰ ਸਾਰਿਆਂ ਨੂੰ ਰਣਜੀਤ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਅੱਜ ਬੜਾ ਪਵਿੱਤਰ ਦਿਨ ਹੈ ਗਿਲਸਾਹ ਪੰਜਾਬੀ ਨੈਸ਼ਨਲ ਦੇ ਸਾਰੇ ਦਰਸ਼ਕਾਂ ਨੂੰ ਵੀ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਆਪ ਨੂੰ ਵੀ ਗਿਲਸਾਹ ਗੁਰਪੁਰਪ ਦੀਆਂ ਬਹੁਤ-ਬਹੁਤ ਵਧਾਈਆਂ ਕੀ ਕਹਿਣਾ ਚਾਹੋਗੇ ਇਸ ਪਵਿੱਤਰ ਮੌਕੇ ਤੇ ਜੀ ਅੱਜ ਪਹਿਲੀ ਪਾਤਸ਼ਾਹੀ ਗੁਰਨਾਨਕ ਪਾਤਸ਼ਾਹ ਦਾ 551ਵਾਂ ਪ੍ਰਕਾਸ਼ ਪੁਰਬ ਹੈ ਔਰ ਮੇਰੇ ਵੱਲੋਂ ਵਧਾਈਆਂ ਦੇ ਨਾਲ-ਨਾਲ ਇਸ ਗੱਲ ਦਾ ਵੀ ਸੰਕਲਪ ਲੈਣ ਦਾ ਇੱਕ ਦਿਹਾੜਾ ਹੈ ਕਿ ਅਸੀਂ ਗੁਰਨਾਨਕ ਪਾਤਸ਼ਾਹ ਦੀਆਂ ਸਿਰਫ ਸੈਲੀਬ੍ਰੇਸ਼ਨਸ ਵਿਦ ਜਸ਼ਨ ਜਸ਼ਨਾਂ ਜੀ ਨਾਲ ਸਿਰਫ ਰੁਜੇ ਰਹੀ ਹੈ ਸਿਗੋਨਾਂ ਵੱਲੋਂ ਦਿੱਤੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਤੇ ਵੀ ਅਮਲ ਕਰਨ ਦਾ ਪ੍ਰਣ ਕਰੀਏ ਆਪਣੇ ਆਪ ਨਾਲ ਜੀ ਔਰ ਮੈਨੂੰ ਲੱਗਦਾ ਕਿ ਵਿਸ਼ਵ ਪੱਤਰ ਦੇ ਉੱਤੇ ਅੱਜ ਇਸ ਕਿਸਮ ਦਾ ਅੱਜ ਹਰਸ਼ੋ ਹਲਾਸ ਦਾ ਇੱਕ ਖਾਸ ਦਿਹਾੜਾ ਜਿਵੇਂ ਤੁਸੀਂ ਸੁਣ ਰਹੇ ਹੋਗੇ ਆਵਾਜ਼ਾਂ ਇਸ ਵਕਤ ਆਤੀਸ਼ਬਾਜ਼ੀ ਲੋਕ ਚਲਾ ਰਹੇ ਨੇ ਗੁਰਦਾਨ ਦੇ ਪਾਤਸ਼ਾਹੀ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਜੀ ਔਰ ਇਹੀ ਕੁਝ ਖਬਰਾਂ ਮੈਨੂੰ ਅੱਜ ਨਨਕਾਣਾ ਸਾਹਿਬ ਤੋਂ ਵੀ ਸਵੇਰੇ ਕੁਝ ਦੋਸਤਾਂ ਨੇ ਦਸੀਆਂ ਭਾਵੇਂ ਅੱਜ ਰਾਤ ਨੂੰ ਭੋਗਤ ਪੜਨਾ ਜੇ ਖੰਡਪੜ ਸਾਹਿਬ ਦਾ ਪਰ ਸਾਰਾ ਦਿਨ ਅੱਜ ਉੱਥੇ ਖਾਸ ਕਰਕੇ ਨਗਰਕੀਤ ਤੁਸੀਂ ਜਿਹੜਾ ਉਹ ਵੀ ਬਹੁਤ ਵਿਸ਼ਾਲ ਸੀ ਔਰ ਉਸ ਕਿਹਦੇ ਨੇ ਕਿ ਕੱਟੋ-ਕੱਟੇ ਕਲਾਕਾਰ ਆਦਮੀ ਅ ਜੇ ਸਿੰਧੀ ਭਰਾ ਜ਼ਿਆਦਾ ਸੀ ਗਿਣਤੀ ਦੇ ਵਿੱਚ ਕਿਉਂਕਿ ਇੱਥੋਂ ਦਾ ਥੋੜੇ ਲੋਕ ਆਏ ਨੇ ਵਿਦੇਸ਼ਾਂ ਚ ਹੋਰ ਲੋਕ ਵੀ ਆਏ ਪਾਕਿਸਤਾਨ ਦਾ ਕੋਈ ਸਿੱਖ ਪਰਿਵਾਰ ਐਸਾ ਨਹੀਂ ਹੋਣਾ ਜਿਹੜਾ ਉੱਥੇ ਨਾ ਪਹੁੰਚ ਸਕਿਆ ਹੋਵੇ ਵੱਖ-ਵੱਖ ਖਾਵਾ ਤੋਂ ਈਵਨ ਤੁਹਾਡੇ ਪਖਤੂਨਵਾ ਤੋਂ ਜਿਹੜੇ ਸਿੱਖ ਭਰਾ ਰਹਿੰਦੇ ਨੇ ਅਫਗਾਨੀ ਸਿੱਖ ਨੇ ਉਹ ਵੀ ਉੱਥੇ ਸਾਰੇ ਪਹੁੰਚੇ ਹੋਏ ਸੀ ਮਲਕਾਨਾ ਸਾਹਿਬ ਚ ਬਹੁਤ ਥੋੜੀ ਬਸੋਂ ਹੈ ਸਿੱਖਾਂ ਦੀ ਪਰ ਇਹ ਦੇ ਬਾਵਜੂਦ ਵੀ ਜਿਹੜੇ ਉੱਥੋਂ ਦੇ ਖਾਸ ਕਰਕੇ ਹਿੰਦੂ ਭਰਾ ਨੇ ਸਿੰਧ ਚ ਰਹਿੰਦੇ ਸਿੰਧੀ ਉਹ ਵੀ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸਨ ਉਸ ਸੰਗਤ ਕੀਰਤਨ ਦੇ ਵਿੱਚ ਔਰ ਜਿਹੜਾ ਪੰਜਾਬ ਤੋਂ ਡੈਲੀਗੇਸ਼ਨ ਗਿਆ ਹੋਇਆ ਸੀ ਜਿਸ ਚ ਅਵਰਜੀਤ ਸਿੰਘ ਭਲਾਈਪੁਰ ਉਸ ਤੇ ਆਗੂ ਨੇ ਔਰ ਸਰਦਾਰ ਜੱਲਾਬ ਸਾਹਿਬ ਹਰਪਾਲ ਸਿੰਘ ਹੋਰੀ ਜਿਹੜੇ ਮੀਤ ਪਧਾਰੇ ਨੇ ਪਹਿਲਾਂ ਐਸਜੀਪੀਸੀ ਦੇ ਉਹਨਾਂ ਨੇ ਵੀ ਉਸ ਸ਼ਮੂਲੀਅਤ ਕੀਤੀ ਔਰ ਹੋਰ ਸਾਡੇ ਦੋਸਤਾਂ ਨੇ ਵੀ ਉਸ ਸ਼ਮੂਲੀਅਤ ਕੀਤੀ ਜਿਹੜੇ ਜਿੱਥੇ ਗਏ ਹੋਏ ਨੇ ਅੱਜ ਪੰਜਾਬ ਦੇ ਵਿੱਚ ਖਾਸ ਕਰਕੇ ਦੋ ਥਾਈ ਬਹੁਤ ਵੱਡੇ ਸਵਾਗਤ ਕੀਤੇ ਗਏ ਜਿਨ੍ਹਾਂ ਚੋਂ ਇੱਕ ਤਾਂ ਸੁਲਤਾਨ ਪਲੋਦੀ ਸਾਹਿਬ ਸੀਗਾ ਜਿੱਥੇ ਮੁੱਖ ਮੰਤਰੀ ਪੰਜਾਬ ਪਹਿਲਾਂ ਪਹੁੰਚੇ ਔਰ ਉਹਨਾਂ ਦੇ ਨਾਲ ਮਹਾਰਾਣੀ ਪ੍ਰਨੀਤ ਕੌਰ ਸਨ ਔਰ ਜਿਹੜੇ ਜਸਪੀਰ ਸਿੰਘ ਗਿੱਲ ਡਿੰਪਾ ਜਿਹਨਾਂ ਨੂੰ ਕਹਿੰਦੇ ਆਸੀਂ ਖਡੂਰ ਸਬ ਤੋਂ ਮੈਂਬਰ ਪਾਰਲੀਮੈਂਟ ਉਹਨਾਂ ਨੇ ਜੀਵਨ ਨੂੰ ਆਖਿਆ ਔਰ ਨਾਲ ਦੀ ਨਾਲ ਸਾਡੇ ਉਥੋਂ ਦੇ ਵਿਧਾਇਕ ਨੇ ਜਿਹੜੇ ਦਵਤੇਰ ਸਿੰਘ ਚੀਮਾ ਉਹਨਾਂ ਨੇ ਵੀ ਉਥੇ ਕੁਝ ਪ੍ਰੋਜੈਕਟ ਜਿਹੜੇ ਸ਼ੁਰੂ ਕਰਵਾਏ ਸੀ ਇੱਕ ਸਾਲ ਪਹਿਲਾਂ ਉਹਨਾਂ ਨੇ ਸਪੂਰਣਤਾ ਬਾਰੇ ਦੱਸਿਆ ਕੁਝ ਜਿਹੜੇ ਚੱਲ ਰਹੇ ਕਾਰਜ ਸੀ ਉਹਨਾਂ ਬਾਰੇ ਦੱਸਿਆ ਔਰ ਉਹਨਾਂ ਨੂੰ ਗੁਰਦਵਾਰਾ ਸਾਹਿਬ ਦੇ ਵਿੱਚ ਵੀ ਸਰੋਪਾਉ ਦੀ ਬਖਸ਼ਿਸ਼ ਕੀਤੀ ਗਈ ਔਰ ਹੋਰ ਵੀ ਉਹਨਾਂ ਦੇ ਨਾਲ ਸੁਨੀਲ ਜਾਖੜ ਜਿਹੜੇ ਨਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਉਹ ਵੀ ਉਹਨਾਂ ਦੇ ਅੰਗ ਸੰਗ ਸਨ ਉੱਥੇ ਸਾਡੀ ਖੁਸ਼ਕਿਸਮਤੀ ਇਹ ਆ ਕਿ ਕਈ ਸਵੈ ਸੇਵ ਜਿਹਾ ਬੰਦੀਆਂ ਨੇ ਜਿਹੜਾ ਕਾਰਜ ਉਥੇ ਕੀਤਾ ਉਹਨਾਂ ਦੇ ਵਿੱਚੋਂ ਹਰਪ੍ਰੀਤ ਸਿੰਘ ਸੰਧੂ ਜਿਹੜੇ ਬਹੁਤ ਅੱਛੇ ਐਡਵੋਕੇਟ ਨੇ ਉਹਨਾਂ ਨੇ ਜਿੰਨਾ ਵੀ ਸਾਲ ਪਰਦੇਸ ਗੁਰੂ ਘਰਾਂ ਦੇ ਵਿੱਚ ਕਾਰਜ ਹੋਇਆ ਉਸ ਬਾਰੇ ਇੱਕ ਡਾਕੂਮੈਂਟਰੀ ਫਿਲਮ ਬਣਾਈ ਉਹ ਡਿਸਟ ਅਕੈਡਮੀ ਸਟ੍ਰੇਸ਼ਨ ਨੇ ਵੀ ਉਸ ਵਿੱਚ ਬੜੀ ਉਹਨਾਂ ਨੂੰ ਕੋਆਪਰੇਸ਼ਨ ਦਿੱਤੀ ਔਰ ਹੁਣ ਜਦੋਂ ਅੱਜ ਉਹਨਾਂ ਨੇ ਉਸ ਨੂੰ ਫਿਲਮ ਨੂੰ ਜਾਰੀ ਕੀਤਾ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਪ੍ਰਾਪਤੀ ਗਣੀ ਜਾ ਸਕਦੀ ਹੈ ਬਾਕੀ ਜਿਹੜੀ ਉੱਥੇ ਉਹਨਾਂ ਨੇ ਪਲਾਂਟੇਸ਼ਨ ਕਰਵਾਈ ਹੈ 551 ਦਰਖਤ ਅੱਜ ਲਵਾਏ ਨੇ ਵੱਖ-ਵੱਖ ਥਾਵਾਂ ਦੇ ਉੱਤੇ ਇਸ ਤਰ੍ਹਾਂ ਹੋਰ ਕਈ ਸੰਸਥਾਵਾਂ ਨੇ ਵੀ ਪਲਾਂਟੇਸ਼ਨ ਕੀਤੀ ਉੱਥੇ ਔਰ ਜਿਹੜੇ ਪਿਛਲੇ ਸਾਲ 550 ਦਰਖਤ ਲਾਏ ਸੀ ਉਹਨਾਂ ਨੂੰ ਦੱਸਿਆ ਉਹਨਾਂ ਨੇ ਕਿ ਲਗਭਗ ਪੌਣੇ 400 ਨਾ ਪੌਣੇ 500 ਦੇ ਕਰੀਬ ਰੱਖ ਜਿਹੜੇ ਨੇ 475 ਦੇ ਕਰੀਬ ਉਹ ਹਰੀ ਨੌ ਨੇ ਕੈਮ ਨੇ ਬਿਲਕੁਲ ਠੀਕ ਠਾਕ ਨੇ ਹਰੀ ਕੈਮ ਨੇ ਸਾਰੇ ਔਰ ਇਹ ਸੰਭਾਲ ਜਿਹੜੀ ਖਾਸ ਕਰਕੇ ਲੋਕਾਂ ਵੱਲੋਂ ਕੀਤੀ ਗਈ ਹੈ ਇਹ ਆਪਣੇ ਆਪ ਦੇ ਵਿੱਚ ਇੱਕ تسلی ਦਾ ਬਾਇਸ ਹੈ ਬਾਕੀ ਉਸ ਤੋਂ ਬਾਅਦ ਫਡੇਰੇ ਬਣਾਣਕ ਦੇ ਵਿੱਚ ਜਦੋਂ ਪਹੁੰਚੇ ਮੁੱਖ ਮੰਤਰੀ ਪੰਜਾਬ ਕੈਪਟਨ ਰਿੰਦਰ ਸਿੰਘ ਤਾਂ ਉਹਨਾਂ ਦਾ ਸਵਾਗਤ ਉੱਥੇ ਪੰਜਾਬ ਦੇ ਸਹਿਕਾਰਤਾ ਤੇ ਜ਼ਿਲ੍ਹਾ ਬਾਰੇ ਮੰਤਰੀ ਨੇ ਜਿਹੜੇ ਸੂਚਨ ਦੇ ਸੀ ਉਹਦਾਵਾ ਜਿਹਨਾਂ ਦਾ ਹਲਕਾ ਵੀ ਜਿਹੜਾ ਬਨਾ ਨਕ ਹੈ ਉਹਨਾਂ ਨੇ ਸਵਾਗਤ ਕੀਤਾ ਔਰ ਉਸ ਥਾਂ ਦੇ ਉੱਤੇ ਵੀ ਉਹਨਾਂ ਨੂੰ ਜਿਹੜਾ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਜਿੱਤੇ ਕੀਤਾ ਕਿਉਂਕਿ ਜਿਹੜੇ ਵਿਕਾਸ ਦੇ ਕਾਰਜ ਲਗਭਗ 100 ਕਰੋੜ ਦੇ ਕਰੀਬ ਦੇ ਬਨਾ ਨਕ ਹਲਕੇ ਦੇ ਵਿੱਚ ਜਿੱਥੇ ਗੁਨਾਨਕ ਸ਼ੋਪਰਾਪਤ ਪਿੰਡ ਨੇ ਉਹਨਾਂ ਦੇ ਵਿਕਾਸ ਵਾਸਤੇ ਪਲੱਸ ਕੋਈ 3 ਕਰੋੜ ਦੀ ਲਾਗਤ ਨਾਲ ਬਣ ਰਹੀ ਹੈਰੀਟੇਜ ਸਟਰੀਟ ਜਿਹੜੀ ਦੇ ਬਨਾ ਨਕ ਦੇ ਵਿੱਚ ਇੱਕ 슈ਗਰ ਕੇਨ ਕਮਾਦ ਸੰਬੰਧਿਤ ਗੰਨਾ ਖੋਜ ਕਿੰਦੇ ਜਗ ਗੁਨਾਰਕ ਪਾਤਸ਼ਾਹ ਦੇ ਨਾਮ ਤੇ ਖੋਲਿਆ ਗਿਆ ਕਲਨੌਰ ਦੇ ਵਿੱਚ ਉਸ ਤੋਂ ਤੋਂ ਘਾਟਨ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਜਿਹੜਾ ਉੱਥੇ ਇੱਕ ਅਜਾਇਬ ਘਰ ਔਰ ਕੰਟਰਾ ਕਰਦੀ ਸਾਰੀ ਕੀਤੀ ਉਹਦਾ ਵੀ ਨਹੀਂ ਪੱਥਰ ਰੱਖਿਆ ਗਿਆ ਇਸ ਤੋਂ ਬਿਨਾ ਗਵਰਨਮੈਂਟ ਕਾਲਜ ਜਿਹੜਾ ਕਲਨੌਰ ਦੇ ਵਿੱਚ ਬਣ ਰਿਹਾ ਉਹਦੇ ਬਾਰੇ ਵੀ ਲੋਕਾਂ ਨੇ ਮੰਗ ਕੀਤੀ ਆਪਣੇ ਐਮਐਲਏ ਔਰ ਵਿਧਾਇਕ ਦੇ ਨਾਲ ਨਾਲ ਉੱਥੋਂ ਦੇ ਵਜ਼ੀਰ ਸਤਸੁਖਜਿੰਦਰ ਸਿੰਘ ਰਾਹੀਂ ਕਿ ਉਹ ਕਿਉਂਕਿ ਅਗਲਾ ਸਾਲ ਜਿਹੜਾ 2021 ਆ ਰਿਹਾ ਉਹ ਨਨਕਾਣਾ ਸਾਹਿਬ ਦੇ ਸ਼ਹੀਦਾਂ ਵਿੱਚੋਂ ਸਭ ਤੋਂ ਪਹਿਲੇ ਸ਼ਹੀਦ ਜਿਹੜੇ ਹੋਏ ਨੇ ਭਾਈ ਲక్ష్మణ ਸਿੰਘ ਧਾਰੋਵਾਲੀ ਉਹਨਾਂ ਦੀ ਯਾਦ ਨੂੰ ਸਦੀਵੀ ਕਰਨ ਵਾਸਤੇ ਗਵਰਨਮੈਂਟ ਕਾਲਜ ਦਾ ਨਾਮ ਜਿਹੜਾ ਹੈਗਾ ਉਸ ਨੂੰ ਭਾਈ ਲక్ష్మణ ਸਿੰਘ ਧਾਰੋਵਾਲੀ ਮੈਮੋਰੀਅਲ ਕਾਲਜ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇ ਔਰ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੂੰ ਮੈਂ ਗੱਲ ਕਰ ਲਈ ਹੈ ਉਹ ਚੰਗਾ ਹਾਂ ਪੱਕੇ ਨਤੀਜਾ ਹੀ ਉੱਥੋਂ ਮਿਲੇਗਾ ਔਰ ਮੈਨੂੰ ਲੱਗਦਾ ਕਿ ਬਹੁਤ ਜਲਦੀ ਉਸ ਬਾਰੇ ਵੀ ਕੋਈ ਐਲਾਨ ਹੋ ਸਰਕਾਰ ਵੱਲੋਂ ਉਨ ਦੀ ਸੁਭਾਵਨਾ ਹੈਗੀ ਹੈ ਬਾਕੀ ਜਿਹੜੀਆਂ ਗੱਲਾਂ ਉੱਥੇ ਮੁੱਖ ਮੰਤਰੀ ਹੋਰਾਂ ਨੇ ਆਖੀਆਂ ਉਹਨਾਂ ਨੇ ਕਿਹਾ ਕਿ ਅੱਜ ਕਰਤਾਰਪੁਰ ਸਾਹਿਬ ਦੇ ਵਿੱਚ ਖੇਤੀ ਕਰਨ ਵਾਲੇ ਗੁਨਨਗ ਪਾਤਸ਼ਾਹ ਜੀ ਕਿਸਾਨੀ ਅੱਜ ਸੜਕਾਂ ਤੇ ਆ ਔਰ ਗਵਰਨਮੈਂਟ ਆਫ ਇੰਡੀਆ ਉਹਨਾਂ ਨਾਲ ਡਾਇਲੌਗ ਕਰਨ ਦੇ ਰੌਂਚ ਨਹੀਂ ਹੈ ਇਹ ਆਪਣੇ ਆਪ ਦੀ ਇੱਕ ਮੰਦਭਾਗੀ ਗੱਲ ਹੈ ਉਹਨਾਂ ਨੇ ਕਿਹਾ ਕਿ ਜਿਸ ਕਿਸਮ ਦਾ ਸਿੱਖ ਭਰਾਵਾਂ ਨੇ ਉੱਥੇ ਜਾ ਕੇ ਆਪਣਾ ਸਬੂਤ ਦਿੱਤਾ ਆਪਣੇ ਗੁਨਨਗ ਦੇ ਸਿੱਖ ਹੋਣ ਦਾ ਬਿਨਾਂ ਕਿਸੇ ਪ੍ਰੋਵੋਕੇਸ਼ਨ ਤੋਂ ਬਿਨਾਂ ਕਿਸੇ ਤਰਕੀ ਤੋਂ ਜਿਹੜੇ ਉੱਥੇ ਬੈਠੇ ਹੋਏ ਨੇ ਜਾ ਕੇ ਔ ਲੰਗਰ ਦੀ ਟ੍ਰੈਡੀਸ਼ਨ ਜਿਹੜੀ ਖਾਸ ਕਰਕੇ ਉਥੋਂ ਲੋਕਲ ਸੰਗਤ ਨੇ ਨਿਭਾਈ ਹੈ ਬੱਸ ਹੋਰ ਸੰਸਥਾਵਾਂ ਜਿਹੜੀਆਂ ਲੰਗਰ ਚ ਮਦਦ ਕਰ ਰਹੀਆਂ ਨੇ ਜਲ ਸੇਵਾ ਕਰ ਰਹੀਆਂ ਨੇ ਇਹ ਸਫਾਈ ਦੇ ਵਿੱਚ ਕੰਟ੍ਰਿਬਿਊਟ ਕਰ ਰਹੀਆਂ ਨੇ ਉਹਨਾਂ ਦੀ ਵੀ ਨਿਸ਼ਲਾਗਾ ਕੀਤੀ ਔਰ ਦਰਬਾਰ ਸਾਹਿਬ ਵੀ ਮੱਥਾ ਟੇਕਿਆ ਜਾ ਕੇ ਉਹਨਾਂ ਨੇ ਡੇਰਾ ਬਣਾ ਲਕ ਮਹਾਰਾਣੀ ਪ੍ਰਨੀਤ ਕੌਰ ਵੀ ਨਾਲ ਸਨ ਔਰ ਸੁਨੀਲ ਜਾਖੜ ਜੀ ਵੀ ਸਨ ਜਿੱਥੇ ਉਹਨਾਂ ਨੂੰ ਸਰਪੋਵ ਦੀ ਬਖਸ਼ੀ ਕੀਤੀ ਗਈ ਔਰ ਜਿਹੜਾ ਸੁਖਜਿੰਦਰ ਸਿੰਘ ਨੇ ਕਹੇ ਲਾਖੀ ਕਿ ਅੱਜ ਵੀ ਸਾਡੇ ਸਾਹਮਣੇ ਬੜੇ ਵੱਡੇ ਚੈਲੰਜਸ ਨੇ ਗੁਲਾਮਪਾਤਸਿਆ ਵਾਲੇ ਸਮੇਂ ਵਾਲੀ ਚੈਲੰਜ ਅੱਜ ਵੀ ਨੇ ਅੱਜ ਵੀ ਜਿਹੜੇ ਬਲੀ ਕਿੰਦਾਰੀ ਨੇ ਅੱਜ ਦੇ ਬਲੀ ਕਿੰਦਾਰੀ ਜਿਹੜੇ ਨੇ ਉਹ ਜਲ ਸੋਮਿਆਂ ਦੇ ਉੱਤੇ ਕਬਜ਼ਾ ਕਰਨ ਦੀਆਂ ਨੀਤਾਂ ਨਾਲ ਬਹੁਤ ਸਾਰੇ ਵਿਧਾਨਕ ਪ੍ਰਬੰਧ ਕਰ ਰਹੇ ਨੇ ਇਸੇ ਤਰ੍ਹਾਂ ਨਾਲ ਹੀ ਜਿਹੜਾ ਸਾਡਾ ਅੱਜ ਦਾ ਖੇਤੀਬਾੜੀ ਦਾ ਕਰਤਾਰਪੁਰੀ ਮਾਡਲ ਹੈ ਉਹ ਜੇ ਅਪਣਾਵਾਂਗੇ ਤਾਂ ਬਚਾਂਗੇ ਅਦਰਵਾਈਜ਼ ਜਿਸ ਢੰਗ ਨਾਲ ਅਜਾਰੇਦਾਰਾਂ ਨੇ ਆ ਕੇ ਭੜੀਆਂ ਨੀਤਾਂ ਨਾਲ ਸਾਡੀਆਂ ਧਰਤੀਆਂ ਦੇ ਕਬਜ਼ੇ ਕਰਨ ਦੀਆਂ ਭਾਵਨਾਵਾਂ ਵਿਕਸਿਤ ਕਰ ਲਈਆਂ ਨੇ ਉਸ ਦੇ ਨਾਲ ਸਾਡਾ ਭੁੱਖ ਖਦਰਿਚ ਪੈਣਾ ਯਕੀਨੀ ਹੈ ਉਹਨਾਂ ਨੇ ਵੀ ਗੱਲ ਆਖੀ ਕਿ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਉਸ ਤੇ ਜਿੰਨੇ ਰਾਗ ਨੇ ਉਹ ਰਿਕਾਰਡ ਕੀਤੇ ਜਾਣੇ ਚਾਹੀਦੇ ਨੇ ਔਰ ਅਸੀਂ ਉਸ ਵਾਸਤੇ ਜਲਦੀ ਹੀ ਨੇੜ ਭੇਖ ਦੇ ਵਿੱਚ ਇਹਦਾ ਯੋਗ ਪ੍ਰਬੰਧ ਕਰਕੇ ਫੰਡਿੰਗ ਦਾ ਪ੍ਰਬੰਧ ਕਰਕੇ ਔਰ ਇਸ ਪ੍ਰੋਜੈਕਟ ਨੂੰ ਹੱਥ ਤੇ ਲਵਾਗੇ ਭਾਵੇਂ ਸ਼ਤਾਬਦੀ ਬਹਾਰ ਲੰਘ ਗਿਆ 550ਵਾਂ ਬਹਾਰ ਲੰਘ ਗਿਆ ਪਰ 51ਵਾਂ ਵੀ ਸਾਡੇ ਲਈ ਉਨਾ ਹੀ ਪਵਿੱਤਰ ਹੈ ਜਿਹਦਾ ਅਗੋਂ ਆਉਣ ਵਾਲਾ 52ਵਾਂ ਹੋਵੇਗਾ ਸੋ ਇਹ ਨਿਰੰਤਰ ਕਰਨ ਵਾਲੇ ਕੰਮ ਨੇ ਆ 400 ਸਾਲਾਂ ਜਿਹੜਾ ਗੁਰਤੇਗਵਾ ਦਾ ਸਭ ਤੋਂ ਚੱਲ ਰਿਹਾ ਉਹਦੇ ਚ ਵੀ ਅਸੀਂ ਕੰਟਰੀਬਿਊਟ ਕਰਨਾ ਚਾਹਾਂਗੇ ਔਰ ਜਿਹੜੀ ਗੱਲ ਇਲਾਕੇ ਦੇ ਲੋਕਾਂ ਨੇ ਵੀ ਆਖੀ ਔਰ ਸਰਬਜਿੰਦ ਦੇ ਸਰਾਂ ਦੀ ਸਹਿਮਤੀ ਸੀ ਕਿ ਜਿਹੜੇ ਨਨਕਾਣਾ ਸਾਹਿਬ ਦੇ ਸ਼ਹੀਦ ਨੇ ਉਹਨਾਂ ਦੀ ਯਾਦ ਵਿੱਚ ਸਟੇਟ ਲੈਵਲ ਤੇ ਕੋਈ ਨਾ ਕੋਈ ਸਮਾਗਮ ਇਹੋ ਜੇ ਰਚਾਏ ਜਾਣੇ ਚਾਹੀਦੇ ਨੇ ਕਮੇਟੀ ਬਣਾ ਕੇ ਜਿਸ ਦੇ ਨਾਲ ਉਹ ਯਾਦ ਸਦੀਵੀ ਹੋ ਸਕੇ ਉਹ ਸਾਨੂੰ ਗੁਰਦੁਆਰਾ ਨਿਜ਼ਾਮ ਦੇ ਵਿੱਚ ਜਿਹੜੀ ਖਾਸ ਕਿਸਮ ਦੀ ਗੁਲਾਮੀ ਅਸੀਂ ਮੰਨਣ ਦਾ ਵਾਸਤੇ ਵੇਲੇ ਤੋਂ ਹੰਡਾਰੇ ਸਾਂ ਉਸ ਤੋਂ ਮੁਕਤੀ ਵਾਸਤੇ ਫਿਰ ਦੁਬਾਰਾ ਉਹਨਾਂ ਸਰਜੀਤ ਕਰਨੀ ਪਵੇ ਉਹੀ ਭਾਵਨਾ ਜਿਹੜੀ ਭਾਵਨਾ ਅੱਜ ਵੀ ਇਸ ਕਿਸਮ ਦੇ ਮਸੱਦਾ ਦਾ ਮਹੰਤਾ ਦਾ ਕਬਜ਼ਾ ਹੋਇਆ ਹੋਇਆ ਵੱਖ-ਵੱਖ ਸਿਆਸੀ ਪਾਰਟੀਆਂ ਦੇ ਰੁਕਨਾਂ ਦਾ ਉਹਨਾਂ ਨੂੰ ਮੁਕਤੀ حاصل ਹੋ ਸਕੇ ਡੇਰੇਦਾਰੀ ਸੰਪਦਾਏ माजी ਸੰਪਦਾਏ ਜਿਹੜੀਆਂ ਆਪਣਾ ਕਿਵੇਂ ਗਲਵਾ ਪਾਈਆਂ ਨੇ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਜਿਹੜਾ ਭੁਖ ਨੂੰ ਹੱਲ ਕਰਨਾ ਪੈਣਾ ਜੀ ਸੋ ਸਾਰੇ ਸਾਡੇ ਦਰਸ਼ਕਾਂ ਨੂੰ ਪੰਜਾਬੀ ਨੈਸ਼ਨਲ ਦੇ ਨੂੰ ਇੱਕ ਵਾਰੀ ਗੁਰਪ੍ਰੋਧੀਆਂ ਬਹੁਤ-ਬਹੁਤ ਵਧਾਈਆਂ ਗਿੱਲ ਸਾਬ ਜਿਵੇਂ ਤੁਸੀਂ ਜਿਗਰ ਕੀਤਾ ਹੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਖੇਤੀਬਾੜੀ ਕਰਨ ਦੀ ਜਿੱਦਾਂ ਜੀ ਆਪਣੇ ਜੀਵਨ ਜੁਗ ਉਹਨਾਂ ਨੇ ਅਖੀਰਲੇ ਦੌਰਚ ਕੀਤੀ ਹੈ ਪਰ ਇਸ ਸਮੇਂ ਜਿਹੜੇ ਮਿਹਨਤੀ ਕਿਸਾਨ ਨੇ ਜੀ ਉਹ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਵਿੱਚ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਗੁਰਪੁਰਪ ਵੀ ਇਸ ਵਾਰ ਜਿਹੜਾ ਜੀ ਉਹਨਾਂ ਨੂੰ ਕਾਰੋਬਾਰ ਛੱਡ ਕੇ ਛੜਕੀਆਂ ਤੇ ਮਣਾਉਣਾ ਦੇਰੀ ਮਜਬੂਰ ਹੋਣਾ ਪਿਆ ਹੈ ਜੀ ਸੋ ਕੀ ਹੋ ਰਿਹਾ ਜੀ ਉੱਥੇ ਦਿੱਲੀ ਦੇ ਵਿੱਚ ਕੋਈ ਪ੍ਰੈਸ ਕਾਨਫਰੰਸ ਵੀ ਹੋਈ ਹੈ ਕਿਸਾਨ ਜਥੇਬੰਦੀਆਂ ਦੀ ਕੀ ਜਾਣਕਾਰੀ ਹੈ ਜੀ ਵੇਖੋ ਗੁਰਨਾਗ ਪਾਤਸ਼ਾਹ ਨੇ ਅਖੀਰਲੇ ਸਮਾਂ ਨਹੀਂ ਕਹਿ ਸਕਦੇ ਕਿਉਂਕਿ ਸਾਲ ਥੋੜੇ ਨਹੀਂ ਹੈ ਲਗਭਗ 17 17.5 ਸਾਲ ਬਣਦੇ ਨੇ ਔਰ ਕੁੱਲ ਜ਼ਿੰਦਗੀ ਵੀ ਉਹਨਾਂ ਦੀ ਜਿਹੜੀ 70 ਕ ਸਾਲ ਦੇ ਕਰੀਬ ਬਣਦੀ ਹੈ ਜੀ 17 ਸਾਲਾਂ ਦੇ ਵਿੱਚੋਂ 18 ਸਾਲ ਥੋੜੇ ਨਹੀਂ ਹੁੰਦੇ ਬਹੁਤ ਵੱਡਾ ਸਮਾਂ ਹੁੰਦਾ ਔਰ ਖਾਸ ਕਰਕੇ ਉਹ ਉਮਰ ਜਿਹੜੀ ਹੁੰਦੀ ਹੈ ਉਹ ਆਰਾਮ ਕਰਨ ਦੀ ਉਮਰ ਗਣੀ ਜਾਂਦੀ ਹੈ ਉਹ ਵਸਤਾ ਗਣੀ ਜਾਂਦੀ ਜਿਹੜੀ ਔਰ ਉਹਨਾਂ ਨੇ ਉਦੋਂ ਹਲ ਦੀ ਚੰਗੀ ਜਿਹੀ ਫੜੀ ਔਰ ਨਾਲ ਦੀ ਨਾਲ ਕਿਰਤ ਕਰਨ ਦੇ ਨਾਲ ਵੰਡ ਛਕਣ ਦਾ ਸੰਕਲਪ ਦਿੱਤਾ ਤੇ ਅੱਜ ਉਸ ਨੂੰ ਚੇਤੇ ਕਰਨਾ ਤੇ ਉਸ ਨੂੰ ਨਿਭਾਉਣਾ ਵੀ ਸਿੱਖਦਾ ਕਰਮ ਹੈ ਧਰਮ ਹੈ ਔਰ ਜਦੋਂ ਦਿੱਲੀ ਦੀਆਂ ਉਹਨਾਂ ਸੜਕਾਂ ਦੇ ਉੱਤੇ ਸਾਡੇ ਭੈਣ ਭਾਈ ਜਿਹੜੇ ਉੱਥੇ ਬੱッセ ਹੋਏ ਨੇ ਜਾ ਕੇ ਪਿਛਲੇ 4-5 ਦਿਨਾਂ ਤੋਂ ਉਹਨਾਂ ਨੇ ਅੱਜ ਉਸੇ ਉਤਸ਼ਾਹ ਦੇ ਮਾਹ ਦੇ ਨਾਲ ਉੱਥੇ ਕੀਰਤਨ ਵੀ ਕੀਤਾ ਅੱਜ ਬਟਾਲੇ ਦੀ ਸੰਗਤਾਂ ਦੀਆਂ ਤਸਵੀਰਾਂ ਕੁਝ ਮੈਨੂੰ ਭੇਜੀਆਂ ਸਰਦ ਕਮਲਜੀਤ ਸਿੰਘ ਘਰਾਣੇ ਉੱਥੋਂ ਔਰ ਉਹਨਾਂ ਨੇ ਤਸਵੀਰਾਂ ਦੇ ਵਿੱਚ ਹੀ ਮੈਨੂੰ ਸਾਬਤ ਕਰਕੇ ਦੱਸ ਹਰਜਿੰਦਰ ਸਿੰਘ ਘਰਾਣੇ ਦੇ ਮੈਨੂੰ ਭੇਜੀਆਂ ਕੁਝ ਤਸਵੀਰਾਂ ਉਹਨਾਂ ਨੇ ਇਹੀ ਦੱਸਿਆ ਕਿ ਅਸੀਂ ਕੀਰਤਨ ਉੱਥੇ ਕਰਕੇ ਗੁਰੂ ਸਾਹਿਬ ਦਾ ਅੱਜ ਵਰਪੁਰ ਬਣਾਇਆ ਔਰ ਭਾਈ ਗੁਰਦਾਸ ਜੀਆਂ 12 ਵਿੱਚੋਂ ਬਹੁਤ ਸਾਰੇ ਹਵਾਲੇ ਦੇ ਕੇ ਅਸੀਂ ਲੋਕਾਂ ਨੂੰ ਸੰਗਤਾਂ ਨੂੰ ਇਹ ਦੱਸਿਆ ਕਿ ਗੁਰਨਾਨਕ ਪਾਤਸ਼ਾਹ ਦਾ ਸੰਦੇਸ਼ ਕੀ ਸੀ ਕੀ ਹਾਲਾਤ ਸਨ ਉਸ ਵਕਤ ਦੇ ਕਿਵੇਂ ਕਲਕਾਤੀ ਰਾਜੇ ਕਸਾਈ ਧਰਮਕਰਨ ਪੰਕ ਕਰ ਰੁੱੜ ਰਿਹਾ ਸੀ ਉਹੀ ਧਰਮ ਅੱਜ ਫਿਰ ਪੱਖਾਂ ਬਲਗ ਉੱਡ ਰਿਹਾ ਉਸੇ ਤਰ੍ਹਾਂ ਦੇ ਰਾਜੇ ਫਿਰ ਅੱਜ ਕਸਾਈ ਬਣੇ ਹੋਏ ਨੇ ਔਰ ਉਹ ਗੁਰਨਾਨਕ ਸਾਹਿਬ ਦੀ ਪ੍ਰਸੰਗਿਕਤਾ ਦੇ ਬਾਰੇ ਜਿਹੜੀਆਂ ਗੱਲਾਂ ਅੱਜ ਹੋਈਆਂ ਉੱਥੇ ਗੁਰਨਾਨਕ ਪਾਤਸ਼ਾਹ ਦੇ ਹਵਾਲੇ ਨਾਲ ਖਾਸ ਕਰਕੇ ਧਰਨੇ ਦੇ ਉੱਤੇ ਉਹ ਗੱਲਾਂ ਬਹੁਤ ਮਹੱਤਵਾਨ ਸਨ ਕੁਝ ਗੱਲਾਂ ਅ ਬਿਲビਸੇ ਰਾਜੇਵਾਲ ਰਾਜੇਵਾਲ ਹੋਰਾਂ ਨੇ ਵੀ ਕੀਤੀਆਂ ਹੋਰ ਵੀ ਦੋਸਤਾਂ ਨੇ ਕੁਝ ਕੀਤੀਆਂ ਔਰ ਉਹ ਸਾਰਾ ਮਾਹੌਲ ਜਿਹੜਾ ਸੀਗਾ ਉਹ ਗੁਰਨਾਨਕ ਦੇ ਸੰਦੇਸ਼ ਚ ਭਜਿਆ ਹੋਇਆ ਸੀ ਔਰ ਜਿਹੜੀਆਂ ਕੁਝ ਸੰਸਥਾਵਾਂ ਖਾਸ ਕਰਕੇ ਯੂਨਾਈਟਿਡ ਸੇਕਸ ਵਾਲੇ ਨੇ ਉਹ ਜਲ ਸੇਵਾ ਕਰ ਰਹੇ ਨੇ ਔਰ ਅੱਜ ਉਹਨਾਂ ਨੇ ਪ੍ਰਸ਼ਾਦ ਬਣਾ ਕੇ ਬਹੁਤ ਵੱਡੀ ਮਾਤਰਾ ਦੇ ਵਿੱਚ ਮਿੱਠੇ ਚੌਲ ਖੀਰਾ ਬਣਾ ਕੇ ਵੀ ਬਹੁਤ ਸਾਰੇ ਲੋਕਾਂ ਨੂੰ ਉੱਥੇ ਵੰਡਿਆ ਔਰ इवन ਕਈ ਘਰ ਜਿਹੜੇ ਨੇੜੇ-ਨੇੜੇ ਪੈਂਦੇ ਨੇ ਉਹਨਾਂ ਘਰਾਂ ਵਾਲਿਆਂ ਨੇ ਵੀ ਆਪਣੇ ਘਰਾਂ ਦੇ ਵਿੱਚ ਪ੍ਰਸ਼ਾਦ ਬਣਾ ਕੇ ਤੇ ਸੰਗਤਾਂ ਨੂੰ ਉੱਥੇ ਪ੍ਰਸ਼ਾਦ ਦੇ ਰੂਪ ਕੀ ਵੰਡਿਆ ਸੋ ਇੱਕ ਵੱਖਰੀ ਕਿਸਮ ਦਾ ਇੱਕ ਛਤਰ ਸਮਝ ਲਓ ਸਿਰ ਦੇ ਉੱਤੇ ਗੁਨਾਨ ਪਾਤਸ਼ਾਹ ਦੀ ਮਿਹਰ ਦਾ ਝੁਲਦਾ ਦੇਖਿਆ ਗਿਆ ਉੱਥੇ ਦੂਸਰੀ ਗੱਲ ਤੁਸੀਂ ਕੀਤੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੀ ਜੀ ਉਹਦੇ ਚ ਗੱਲ ਜਿਹੜੀ ਨੇਤਰ ਕੇ ਸਾਹਮਣੇ ਆਈ ਸਿੰਘੂ ਬਾਰਡਰ ਜਿਹੜੀ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਉਸ ਨੂੰ ਸਪਸ਼ਟ ਕਰਦੇ ਆ ਯੋਗਿੰਦਰ ਯਾਦਵ ਜਿਹੜੇ ਉਹਨਾਂ ਦੇ ਮੈਂਬਰ ਨੇ ਕਿਸਾਨ ਸੰਘਰਸ਼ ਕਮੇਟੀ ਦੇ ਸਯੁਕਤ ਜਿਹੜੀ ਬਾਡੀ ਹੈ ਉਹਦੇ ਉਹਨਾਂ ਨੇ ਕਿਹਾ ਕਿ ਅਜੇ ਤੱਕ ਅਜ ਤੀਕ ਮਤਲਬ ਜਿਹੜੇ ਵੇਲੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਸ਼ਾਮ ਕੁ 4-5 ਵਜੇ ਦੀ ਗੱਲ ਹੈ ਉਹ ਕਹਿੰਦੇ ਇਸ ਸਮੇਂ ਤੱਕ ਤਾਂ ਦਿੱਲੀ ਦੀ ਸਰਕਾਰ ਵੱਲੋਂ ਸਾਨੂੰ ਕੋਈ ਸੱਦਾ ਪੱਤਰ ਪਹਿਲੀ ਤਰੀਕ ਦੀ ਮੀਟਿੰਗ ਦਾ ਨਹੀਂ ਆਇਆ ਤੇ ਜੇ ਸਾਨੂੰ ਹੁਣ ਤੱਕ ਸੱਦਾ ਪੱਤਰ ਨਹੀਂ ਆਇਆ ਜੇ ਰਾਤ ਨੂੰ ਆ ਵੀ ਜਾਵੇ ਤਾਂ ਕਿਹੜੇ ਵੇਲੇ ਅਸੀਂ ਉਸ ਨੂੰ ਪ੍ਰਵਾਨ ਕਰਾਂਗੇ ਤੇ ਕਿਵੇਂ ਕੋਆਰਡੀਨੇਟ ਕਰਾਂਗੇ ਪਰ ਇਹਦੇ باوجود ਵੀ ਅਸੀਂ ਸੁਣਨ ਨੂੰ ਤਿਆਰ ਹਾਂ ਗੱਲ ਪਰ ਸਵਾਲ ਇਹ ਹੈ ਕਿ ਉਸ ਇਲਾਕੇ ਜਿਹੜੀਆਂ ਫੁਰਤੀਆਂ ਵਰਤੀਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਉਹ ਉਹ ਬਹੁਤੀਆਂ ਕੋਈ ਚੰਗੀਆਂ ਨਹੀਂ ਹੈ ਘਾਤਕ ਨੇ ਰਿਸ਼ਤਿਆਂ ਦੇ ਸੰਬੰਧ ਦੇ ਵਿੱਚ ਘਾਤਕ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੇ ਵਿੱਚ ਦੂਸਰੇ ਨੇ ਕਿਹਾ ਕਿ ਜਿਹੜਾ ਗੁਨਾਕ ਸਿੰਘ ਸਾਹਿਬ ਦਾ ਸੰਦੇਸ਼ ਸੀ ਸਾਡਾ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਮੇਰਾ ਖਿਆਲ ਹੈ ਕਿ ਉਹਦਾ ਸਭ ਤੋਂ ਵਧੀਆ ਜੇ ਕੋਈ ਪ੍ਰੈਕਟੀਕਲ ਕਿਸੇ ਨੇ ਵੇਖਣਾ ਹੋਵੇ ਵਹਾਰਕ ਰੂਪ ਦੇਖਣਾ ਹੋਵੇ ਤਾਂ ਉਹ ਨਾਕੇ ਨੇ ਜਿੱਥੇ ਸਾਰੇ ਲੋਕ ਜਿਹੜੇ ਨੇ ਅੱਜ ਆਪੋ ਆਪਣੇ ਦੋਖ ਦੱਸਣ ਵਾਸਤੇ ਦਿੱਲੀ ਨੂੰ ਆਪਣੇ ਦਰਦ ਦਿਖਾਉਣ ਵਾਸਤੇ ਦਿੱਲੀ ਨੂੰ ਇੱਥੇ ਹਾਜ਼ਰ ਨੇ ਔਰ ਕਿਸਾਨੀ ਖਾਸ ਕਰਕੇ ਇਸ ਗੱਲ ਦਾ ਸਬੂਤ ਦੇ ਰਹੀ ਏ ਕਿ ਅਸੀਂ ਕਿਰਤ ਵੀ ਕਰਦੇ ਆਂ ਨਾਮ ਦੇ ਵਿੱਚ ਵੀ ਜਿਵੇਂ ਨੇ ਔਰ ਅਸੀਂ ਵੰਡ ਕੇ ਵੀ ਛਕਦੇ ਆਂ ਇਸੇ ਕਰਕੇ ਸ਼ਾਇਦ ਇਡਾ ਵੱਡਾ ਹੰਗਾਰਾ ਉਹਨਾਂ ਨੂੰ ਪੂਰੇ ਮੁਲਕ ਤੋਂ ਮਿਲਿਆ ਭਾਵੇਂ ਸ਼ੁਰੂਆਤ ਪੰਜਾਬ ਤੋਂ ਹੋਈ ਹਰਿਆਣਾ ਤੱਕ ਪਹੁੰਚੀ ਹਰਿਆਣਾ ਦੇ ਨਾਲ ਵੈਸਟ ਯੂਪੀ ਆ ਗਈ ਯੂਪੀ ਦੇ ਨਾਲ ਹੀ ਤੋਂ ਰਾਜਸਥਾਨ ਆ ਗਿਆ ਤਾਮਲ ਨਾੜ ਤੱਕ ਇਮਰ ਬੰਗਾਲ ਤੱਕ ਉਸ ਸੇਖ ਜੇ ਪਹੁੰਚਿਆ ਤਾ ਇਹ ਇੱਕ ਸਾਜੀ ਪੀੜ ਦੀ ਇੱਕ ਪਛਾਣ ਹੈ। ਉਹਨਾਂ ਨੇ ਇਹ ਵੀ ਗੱਲ ਆਖੀ ਕਿ 1987 ਦੇ ਵਿੱਚ ਕਿਸੇ ਵੇਲੇ ਮਿੰਦਰ ਸਿੰਘ ਟਕੈਤ ਹੋਰਾਂ ਨੇ ਜਦੋਂ ਇਹ ਮੂਵਮੈਂਟ ਸ਼ੁਰੂ ਕੀਤੀ ਸੀ ਕਿਸਾਨੀ ਦੀ ਤਾਂ ਉਦੋਂ ਦਿੱਲੀ ਜਿਵੇਂ ਘੇਰੀ ਸੀ ਉਸ ਤੋਂ ਵੱਧ ਸ਼ਕਤੀ ਨਾਲ ਅੱਜ ਅਸੀਂ ਇੱਥੇ ਆਰਗੇਨਾਈਜ਼ਡ ਵੇਅ ਨਾਲ ਆਏ ਹੋਏ ਹਾਂ। ਉਹਨਾਂ ਨੇ ਕਿਹਾ ਕਿ મોદી ਨਰਿੰਦਰ મોદી ਹੋਰਾਂ ਨੇ ਪੰਜ ਝੂਠ ਬੋਲੇ ਪਰ ਪੰਜੇ ਫੜੇ ਗਏ ਨੇ। ਉਹ ਪੰਜ ਝੂਠ ਦੱਸੇ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਝੂਠੇ ਸੀ। ਕਿ ਜਿਹੜੇ ਤਿੰਨ ਬਿੱਲ ਅਸੀਂ ਪਾਸ ਕੀਤੇ ਨੇ ਇਹਨਾਂ ਦੇ ਵਿਰੋਧ ਵਿੱਚ ਸਿਰਫ ਕਿਸਾਨ ਨਹੀਂ ਹੈਗੇ ਸਗੋਂ ਜਿਹੜੇ ਵਪਾਰੀ ਵਿਚੋਲੇ ਤੇ ਆੜਤੀਏ ਨੇ ਇਹ ਇਹ ਵਿਰੋਧ ਕਰ ਰਹੇ ਨੇ ਕਿਸਾਨ ਤਾਂ ਵਿਰੋਧ ਕਰ ਹੀ ਨਹੀਂ ਰਹੇ ਇਸ ਮਾਰਚ ਨੇ ਇਸ ਧਰਨੇ ਨੇ ਇਸ ਘਰਾਓ ਨੇ ਸਾਬਤ ਕਰ ਦਿੱਤਾ ਕਿ ਇਹਨਾਂ ਚ ਮਤਲਬ ਵੀ ਦੱਸੋ ਵਿਚੋਲੇ ਕਿਹੜੇ ਨੇ ਆੜਤੀਏ ਕਿਹੜੇ ਨੇ ਇਹ ਸਾਰੇ ਕਿਸਾਨ ਨੇ ਸਿੱਧੇ ਸਿੱਧੇ ਕਿਸਾਨ ਨੇ ਵਿਚੋਲੇ ਲੱਭੋ ਦੱਸੋ ਕਿੱਥੇ ਨੇ ਕਿਹੜੇ ਨੇ ਪਹਿਲਾ ਝੂਠ ਦੂਜਾ ਝੂਠ ਉਹਨਾਂ ਨੇ ਕਹਿਨ ਨੂੰ ਵਿਚਾਰੇ ਕਿਸਾਨਾਂ ਨੂੰ ਬਰਗਲਾਇਆ ਜਾ ਰਿਹਾ ਹੈ ਇਹਨੋਂ ਤੇ ਪਤਾ ਹੀ ਨਹੀਂ ਵੀ ਇਹਨਾਂ ਦੇ ਹੇਤ ਵਿੱਚ ਜਿਹੜਾ ਕਾਨੂੰਨ ਵਾਲੇ ਨੂੰ ਦੱਸਿਆ ਇਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਹਦੇ ਅੱਜ ਤਾਂ ਨਿੱਕੇ ਨਿੱਕੇ ਨਿਆਂਇਤਰਨ ਤਾਰਨ ਦਾ 13 ਸਾਲਾਂ ਦਾ ਨਿਆਂਾ ਪਟਾਕ ਪਟਾਕ ਦੱਸਦਾ ਕਿ ਸਾਇਕ ਇੱਕ ਇਹਨਾਂ ਕਾਨੂੰਨਾਂ ਦਾ ਸਾਡੇ ਦੀ ਇਕਨੋਮੀ ਤੇ ਕਿੰਨਾ ਮੈਂ ਮੰਦਾ ਸਰ ਤੇ ਕਿਵੇਂ ਕਿਵੇਂ ਪੈਣਾ ਇਹਦਾ ਸਾਡੇ ਦੇ ਬੱਚੇ-ਬੱਚੇ ਨੂੰ ਗੱਲ ਦਾ ਪਤਾ ਤੁਸੀਂ ਕੀ ਗੱਲਾਂ ਸਮਝਦੇ ਹੋ ਵੀ ਸਾਡੇ ਤੁਹਾਡੇ ਜਿਹੜੇ ਯੋਜਨਾ ਕਮਿਸ਼ਨ 'ਚ ਬੈਠੇ ਨੇ ਨੀਤੀਯੋਗ 'ਚ ਬੈਠੇ ਨੇ ਉਹਨਾਂ ਨੂੰ ਪਤਾ ਇਹ ਦੁਖਿਆਰੇ ਨੇ ਜਿਹੜੇ ਆਪਣਾ ਦੁੱਖ ਦੱਸਣ ਆਏ ਨੇ ਡਾਂਗਾ ਖਾਦੇ ਆਏ ਨੇ ਪਾਣੀ ਦੀ ਬਿਚਾਰਾਂ ਚੱਲਦੇ ਆਏ ਨੇ ਤੁਹਾਡੇ ਗੈਸ ਦੇ ਬੰਬ ਚੱਲਦੇ ਆਏ ਨੇ ਇਹ ਸਾਰੇ ਜਿਹੜੇ ਹੈਗੇ ਨੇ ਇਹ ਸਾਰੇ ਜਿਹੜੇ ਨੇ ਮਤਲਬ ਉਹਨਾਂ ਦੇ ਵਿੱਚ ਕਈ ਤੋਂ ਉਹਨਾਂ ਜਿਨ੍ਹਾਂ ਨੇ ਅੱਖਾਂ ਦੇ ਵਿੱਚ ਛਾਲੇ ਪੈ ਗਏ ਨੇ ਉਸ ਤੋਂ ਇਹਦੇ ਨਾਲ ਕਈਆਂ ਕੋਲ ਬੁਰਕੀ ਨਹੀਂ ਲੰਘਦੀ ਉਹਨਾਂ ਦੇ ਮੂੰਹ ਛਾਲੇ ਪੈ ਗਏ ਨੇ ਉਹ ਧੂਆਂ ਜਦੋਂ ਉਹਨਾਂ ਨੇ ਮੂੰਹ ਕੇ ਤੇ ਖੁੱਲਾ ਵੇਖਿਆ ਉਦੋਂ ਜਦ ਧੂਆਂ ਵੜਿਆ ਤੇ ਉਹਦੇ ਨਾਲ ਮੂੰਹ ਛਾਲੇ ਵੀ ਪੈ ਗਏ ਉਹਦੇ ਨਾਲ ਇੱਕ ਸਾਡੇ ਪੰਜਾਬੀ ਸਟਰੀ ਦੇ ਪ੍ਰੋਫੈਸਰ ਜਿਹੜੇ ਰਿਟਾਇਰਡ ਨੇ ਮਨਜੀਤ ਸਿੰਘ ਹੋਣੀ ਡਾਕਟਰ ਮਨਜੀਤ ਸਿੰਘ ਉਹਨਾਂ ਦੇ ਉੱਤੇ ਕੰਨ ਦੇ ਨੇੜੇ ਆ ਕੇ ਚੱਲਿਆ ਉਹ ਗੈਸ ਦਾ ਬੰਬ ਤੇ ਉਹ ਉਹ ਉਹਦੀ ਸੁਣਨ ਦੀ ਸ਼ਕਤੀ ਮਦਮ ਪੈ ਗਈ ਹੈ ਉਹਦੀ ਇੱਕ ਪਾਸੇ ਦਾੜੀ ਤੇ ਵੀ ਸੇਕ ਲੱਗਿਆ ਹੁਣ ਤੁਸੀਂ ਦੱਸੋ ਵੀ ਜਦੋਂ ਇਹੋ ਜਿਹੇ ਕਰਤੂਤਾਂ ਕਰਕੇ ਜਦੋਂ ਪਹੁੰਚੇ ਨੇ ਇੱਥੋਂ ਤੱਕ ਤੇ ਆਖਰ ਤਾਂ ਉਹਨਾਂ ਦੀ ਪੀੜ ਸੁੱਚੀ ਪੀੜ ਤੇ ਸਾਰੇ ਵਰਗ ਸ਼ਾਮਲ ਨੇ ਤੀਸਰਾ ਛੁਟਕੇ ਦੇ ਆ ਵੀ ਇਹਨੂੰ ਤੁਸੀਂ ਕਹਿੰਦੇ ਸਿਰਕਲੇ ਪੰਜਾਬ ਨੂੰ ਪੰਜਾਬ ਨੂੰ ਇਸ ਪੰਜਾਬ ਨੂੰ ਜਿਆਦਾ ਜੀ ਅੱਗ ਲੱਗੀ ਹੈ ਬਾਕੀ ਦੇ ਮੁਲਕ ਸੂਬੇ ਬੋਲਦੇ ਨਹੀਂ ਅਲਾ ਦੇਖ ਲਓ ਯੂਪੀ ਬੈਠੀ ਹੈ ਰਾਜਸਥਾਨੇ ਬੈਠਾ ਹਰਿਆਣਾ ਵਿੱਚ ਬੈਠਾ ਤਾਮਲ ਆਉਂਦੀ ਬੈਠਾ ਕੇਰਲਾ ਵੀ ਬੈਠਾ ਮਹਾਰਾਸ਼ਟਰ ਵੀ ਬੈਠਾ ਤੁਸੀਂ ਕਿਦਾਂ ਕਹਿੰਦੇ ਵੀ ਗੱਲਾ ਪੰਜਾਬ ਇਹਦੇ ਚ ਸੇਕ ਲੱਗਿਆ ਉੱਠ ਖੱਟੜ ਨਹੀਂ ਗੱਲ ਕਹੀ ਕਿ ਹਰਿਆਣੇ ਦੇ ਕਿਸਾਨ ਤਾਂ ਪਾਰਟਿਸਪੇਟ ਨਹੀਂ ਕਰ ਰਹੇ ਉਹ ਏਡੇ ਸਿਆਣੇ ਨੇ ਹਰਿਆਣੇ ਵਾਲੇ जाट ਉਹਨਾਂ ਦੇ ਨਾਲ-ਨਾਲ ਆਪਣੇ ਆਧਾਰ ਕਾਰਡ ਜੇਬ 'ਚ ਪਾਏ ਹੋਏ ਨੇ ਉਹਨਾਂ ਦਿਖਾਇਆ ਜੀ ਮੀਡੀਆ ਨੂੰ ਕਿਹਾ ਦੇਖੋ ਸਾਰੇ ਆਧਾਰ ਕਾਰਡ ਗਏ ਸੀ ਕਿਹੜੇ ਪਿੰਡ ਦੇ ਆ ਵੇਖੋ ਨਾ ਫੇਰੋਜਾਬਨ ਦਾ ਹੈਗਾ ਪ੍ਰਧਾਨ ਗੁਰਨਾਮ ਸਿੰਘ ਡੋਨੀ ਉਹਨੇ ਵੀ ਗੱਲ ਕਹੀ ਕਿ ਅਸੀਂ ਤੇ ਭਾਈ ਉਸੇ ਹਰਿਆਣੇ ਚੋਂ ਆਇਆ ਜਿੱਥੋਂ ਦਾ ਬਨਰ왈 ਕੱਟੜ ਮੁੱਖ ਮੰਤਰੀ ਹੈ ਇਸ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਚੌਥਾ ਜਿਹੜਾ ਝੂਠ ਫੜਿਆ ਕਹਿੰਦੇ ਅਸੀਂ ਉਹਨਾਂ ਦਾ ਉਹ ਤੁਸੀਂ ਕਹਿੰਦੇ ਹੋ ਕਿ ਲੀਡਰਸ਼ਿਪ ਹੈ ਹੀ ਨਹੀਂ ਪਤਾ ਨਹੀਂ ਲੱਗਦਾ ਕਿਹਦੇ ਨਾਲ ਗੱਲ ਕਰੀਏ ਕਹਿੰਦੇ ਕਿਤੇ ਜਿਹਾ ਬੰਦਿਆ ਤੇ ਪੰਜਾਬ ਦੀਆਂ ਨੇ ਇੱਕ ਮੁਠ ਨੇ ਐਨੇ ਦਿਨਾਂ ਮੋਰਚਾ ਚਲਾ ਰੀਆਂ ਨੇ ਜੀ ਕਿਸੇ ਨੇ ਇੱਕ ਟਾਣੀ ਨਹੀਂ ਤੋੜੀ ਰਸਤੇ ਦੇ ਵਿੱਚ ਕਿਸੇ ਦਾ ਇੱਕ ਦੁਆਨੀ ਦਾ ਨੁਕਸਾਨ ਨਹੀਂ ਕੀਤਾ ਜੀ ਇਹ ਤੋਂ ਵੱਧ ਵਿਚੋਰ ਲੀਡਰਸ਼ਿਪ ਤਾਂ ਕਹਿੰਦੇ ਧਰਤੀ ਤੇ ਅਸੀਂ ਵੇਖੀ ਕਦੇ ਨਹੀਂ ਦੂਸਰੀ ਗੱਲ ਕਿ ਤੁਸੀਂ ਇਹ ਕਹਿੰਦੇ ਹੋ ਕਿ ਜਿਹੜਾ ਇਹ ਜਿਹੜਾ ਸਾਡਾ ਦੂਸਰਾ ਜਿਹੜੀਆਂ ਪਾਰਟਿਸਪੇਸ਼ਨ ਹੈ ਸਾਡੇ ਉਹ ਉਹਦੇ ਵਿੱਚ ਮਤਲਬ ਹਰਿਆਣਾ ਜਿਹੜਾ ਹੈਗਾ ਉਹ ਵਰਗਲਾਇਆ ਗਿਆ ਉਹ ਕਹਿੰਦੇ ਜਿਹੜੀ ਉਥੋਂ ਦੇ ਖਾਪਾ ਨੇ ਸੰਗਵਾਨ ਖਾਪਾ ਨੇ ਫੈਸਲਾ ਕੀਤਾ ਕਿ ਅਸੀਂ ਦਿੱਲੀ ਰਾਉ ਦੇ ਵਿੱਚ ਪੂਰੇ ਜਾ ਕੇ ਸ਼ਾਮਲ ਹੋਵਾਂਗੇ ਸੋਮਵੀਰ ਸੰਗਵਾਨ ਉਹਨਾਂ ਦਾ ਹੈਗਾ ਇੱਕ ਲੀਡਰ ਉਹਨੇ ਇਹਨਾਂ ਦੇ ਗਊ ਸੁਰੱਖਿਆ ਬੋਰਡ ਜਿਹੜਾ ਬਣਾਇਆ ਸੀ ਉਹਦਾ ਚੇਅਰਮੈਨ ਲਾਇਆ ਸੀ ਉਹਨੂੰ ਉਹਨੇ ਅਸਤੀਫਾ ਦਿੱਤਾ ਜੀ ਕਹਿੰਦਾ ਮੈਂ ਮੈਂ ਤਾਂ ਦਿੱਲੀ ਪਹੁੰਚੂ ਕਹਿੰਦਾ ਕੱਲ ਨੂੰ ਮੰਗਲਵਾਰ ਨੂੰ ਆਪਣਾ ਜਥਾ ਲੈ ਕੇ ਜਾਉ ਜੀ ਔਰਤਾਂ ਵੀ ਜਾਣਗੀਆਂ ਬੱਚੇ ਵੀ ਜਾਣਗੇ ਸੋ ਇਹ ਸਾਰੇ ਚੁਸ ਚੁਸ ਰੱਖੀਆਂ ਫਿਰ ਇੱਕ ਹੀ ਗੱਲ ਹੂ ਤੁਸੀਂ ਹੋਰ ਦੇ ਲਈ ਕਹਿੰਦੇ ਹੋ ਕਿ ਪਾਰਟੀਆਂ ਦੀ ਗੇਮ ਹੈ ਪਾਰਟੀਆਂ ਦੇ ਮੈਂ ਸਟੇਜ ਤੇ ਚੜਨ ਦੇ ਨੰਦ ਨਾ ਕਾਂਗਰਸ ਚੜਨ ਦੀਏ ਨਾ ਅਕਾਲੀ ਚੜਨ ਦੀਏ ਨਾ ਭਾਜਪਾ ਚੜਨ ਦੀਏ ਨਾ ਕਾਂਗਰਸ ਚੜਨ ਦੀਏ ਤੇ ਫਿਰ ਇਹ ਕੌਣ ਗਿਆ ਕਿਸਾਨ ਨਹੀਂ ਰਹਿ ਗਿਆ ਤੇ ਜੇ ਕਿਸੇ ਪੋਲੀਟਿਕਲ ਪਾਰਟੀ ਚ ਕਿਸਾਨ ਸ਼ਾਮਲ ਵੀ ਹੈ ਤਾਂ ਉਹ ਵੀ ਆ ਕੇ ਲੋਕਾਂ 'ਚ ਹੀ ਬੈਠਦਾ ਹੈ ਨਾ ਕਿ ਉਹ ਸਟੇਜ ਤੇ ਬੈਠਦਾ ਆ ਕੇ ਈਐਮਐਲਏ ਗਏ ਨੇ ਕਈ ਮੈਂਬਰ ਪਾਰਲੀਮੈਂਟ ਵੀ ਗਏ ਨੇ ਪਰ ਸੰਗਠ ਚ ਬੈਠੇ ਨੇ ਗਾਉਣ ਵਾਲੇ ਵੀ ਗਏ ਨੇ ਸੰਗਠ ਚ ਬੈਠੇ ਨੇ ਕੁਝ ਸਤੇ ਦਿਨ ਚੜ ਕੇ ਬੈਠਾ ਤੇ ਇਸ ਕਰਕੇ ਇਹ ਗੱਲਾਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਹ ਇਹਨੇ ਝੂਠ ਬੋਲਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਸ ਝੂਠ ਦੇ ਨਾਲ ਤੁਸੀਂ ਲੋਕਾਂ ਤੋਂ ਬੇਗਾਨਗੀ ਦਾ ਇੱਕ ਹੱਕ ਉਹਨਾਂ ਨੂੰ ਦੇ ਰਹੇ ਹੋ ਉਹਨਾਂ ਨੂੰ ਲੱਗਦਾ ਕਿ ਮੁਰਖ ਸਾਡਾ ਨਹੀਂ ਸਾਡੇ ਖਿਲਾਫ ਲੜਿਆ ਜਾ ਰਿਹਾ ਯੁੱਧ ਹੈ ਕੋਈ ਇਹ ਦੂਸਰਾ ਇਹ ਵੀ ਕਹੀ ਗੱਲ ਉਹਨੇ ਜੀ ਯੋਗਿੰਦਰ ਯਾਦਵ ਨੇ ਕਿ ਤੁਸੀਂ ਇਸ ਲਹਿਰ ਨੂੰ ਖਾਲਸਾਨਾ ਜੋੜ ਦਿਓ ਖਾਲਸਾਨੀ ਐਲੀਮੈਂਟ ਜਿਹੜਾ ਉਹ ਇਹਨਾਂ ਦੇ ਪਿੱਛੇ ਆ ਉਹ ਭਲੇ ਲੋਕੋ ਮੜਾ ਮੋਟਾ ਸ਼ਰਮ ਨੂੰ ਹੱਥ ਮਾਰੋ ਵੀ ਬਾਰਡਰ ਤੇ ਇੱਕ ਦੇਸ਼ ਭਗਤ ਬੱਚਾ ਸ਼ਹੀਦ ਹੁੰਦਾ ਤੇ ਉਹਦੇ ਬਾਪ ਨੂੰ ਧਰਨੇ 'ਚ ਬੈਠੇ ਨੂੰ ਖਬਰ ਮਿਲਦੀ ਕਿ ਤੇਰਾ ਪੁੱਤ ਦੇਸ਼ ਲਈ ਸ਼ਹੀਦ ਹੋ ਗਿਆ ਤੁਹਾਡੇ ਡੇਲੇਰ ਵੀ ਨਹੀਂ ਦੱਸਦਾ ਤੁਹਾਨੂੰ ਪਤਾ ਨਹੀਂ ਲੱਗਦਾ ਕਰਦੇ ਕੀ ਫਿਰਦੇ ਹੋ ਬਾਪ ਧਰਨੇ ਤੇ ਬੈਠੇ ਨੂੰ ਪਤਾ ਲੱਗ ਰਿਹਾ ਕਿ ਤੇਰਾ ਪੁੱਤਰ ਮੋਰਚੇ ਤੇ ਸ਼ਹੀਦ ਹੋ ਗਿਆ। ਇਹਨੂੰ ਕਿਵੇਂ ਟਰਾਂਸਲੇਟ ਕਰੋਗੇ? ਰੱਬ ਦਾ ਵਾਸਤਾ ਜੀ ਇਹੋ ਜਿਹੀ ਗਲਤ ਨਾ ਦੇ ਦੇ ਕੇ ਤੁਸੀਂ ਉਹ ਗੱਲਾਂ ਨਾ ਕਰੋ ਜਿਹੜੀਆਂ ਹਕੀਕਤ ਦੇ ਰੂਬਰੂ ਖਲੋੜ ਕੇ ਤੁਹਾਨੂੰ ਆਪ ਸ਼ਰਮਸਰ ਕਰਨ। ਸੋ ਇਹ ਗੱਲਾਂ ਜਿਹੜਾ ਨੇ ਕੀਤੀਆਂ ਇਹੀ ਗੱਲਾਂ ਉਹਨੇ ਆਖੀਆਂ ਆਪਣੇ ਨੇ ਗੁਰਨਾਮ ਸਿੰਘ ਨੇ ਜਿਹੜਾ ਹਰਿਆਣੇ ਦਾ ਪ੍ਰਧਾਨ ਹੈ ਭਾਤਕਸਨ ਜੀ ਦਾ। ਉਹ ਕਹਿੰਦਾ ਅੰਦੋਲਨ ਕੁਚਲਣ ਦੇ ਮੁਕਦਮੇ ਤੁਸੀਂ ਦੱਸਦਾ ਕੀਤੇ ਨਾ ਕਹਿੰਦਾ 20 ਹਜ਼ਾਰ ਕਰ ਲੋ। ਜੇ ਤੁਸੀਂ 10 ਹਜ਼ਾਰ ਬੰਦੇ ਦੇ ਮੁਕਦਮੇ ਦਰਜ ਕੀਤੇ ਨੇ ਤਾਂ ਮਤਲਬ ਇਹ ਆ ਕਿ ਘੱਟੋ ਘੱਟ ਲੱਖ ਬੰਦਾ ਤਾਂ ਪਾਰਟਿਸਪੇਟ ਕਰ ਚੁੱਕਿਆ ਇਹ ਤਾਂ ਸੰਤੋਸ ਸੇ ਸਰਟੀਫਿਕੇਟ ਦੇ ਤਾਂ ਸਾਡੇ ਵਾਸਤੇ ਤਗਮੇ ਨੇ ਦੂਸਰੀ ਕੱਲ ਉਹਨਾਂ ਨੇ ਇਹ ਕਿਹਾ ਕਿ ਸਾਡੀਆਂ ਤਾਂ ਜਿਹੜੀਆਂ ਮੰਡੀਆਂ 'ਚ ਬੈਠੇ ਜਿਹੜੇ ਆੜਤੀਏ ਨੇ ਉਹਨਾਂ ਨੇ ਵੀ ਇਹ ਕਹਿਤਾ ਸੀ ਮੰਡੀਆਂ ਬੰਦ ਕਰਨ ਲੱਗਿਆ ਭਈ ਸਾਨੂੰ ਬਲੈਕਮੇਲ ਨਾ ਕਰੋ ਰੱਬ ਦਾ ਵਾਸਤੇ ਸਾਡੇ ਨਾਲ ਗੱਲ ਕਰੋ ਸਾਨੂੰ ਪੁੱਛੋ ਕਿ ਸਾਡੇ ਵਾਸਤੇ ਕਿਵੇਂ ਨੁਕਸਾਨ ਕਰੀ ਨੇ ਰਿਜੈਕਟ ਕਰੋ ਇਹ ਸਭ ਬਿੱਲਾਂ ਨੂੰ ਡੈਫਰ ਕਰ ਦਿਓ ਰਿਜੈਕਟ ਕਰ ਦਿਓ ਉਦੋਂ ਬਾਅਦ ਸਾਡੇ ਨਾਲ ਗੱਲ ਕਰੋ ਸਾਨੂੰ ਬੇਗਾਨਗੀ ਦਾ ਅਹਿਸਾਸ ਨਾ ਦਿਓ ਸਾਨੂੰ ਤੰਗ ਨਾ ਕਰੋ ਜੀ ਦੂਸਰੀ ਗੱਲ ਜਿਹੜੀ ਗੱਲ ਉਥੇ ਆਕੀ ਰੁਲਦੂ ਸਿੰਘ ਮਾਨਸਾ ਨੇ ਵੱਖਰੇ ਤੌਰ ਦੇ ਉੱਤੇ ਮੀਡੀਆ ਨਾਲ ਗੱਲ ਕਰਦੇ ਆ ਜਿਹੜੀ ਸੁਣੀ ਮੈਨੂੰ ਬੜੀ ਚੰਗੀ ਲੱਗੀ ਗੱਲ ਕੱਲ ਕੋਈ ਨੈਸ਼ਨਲ ਮੀਡੀਆ ਦੇ ਕੋਈ ਚੈਨਲ ਦੇ ਰਿਪੋਰਟਰ ਉੱਥੇ ਗਏ ਹੋਣਗੇ ਜੀ ਤੇ ਲੋਕਾਂ ਦਾ ਸ਼ਿਕਵਾ ਵੀ ਜਾਇਜ਼ ਹੈ ਕਿ ਤੁਸੀਂ ਹੁਣ ਤੱਕ ਕਿੱਥੇ ਸੀ ਬਈ ਜਦੋਂ ਅਸੀਂ 50 ਦਿਨ ਤੋਂ 52 ਦਿਨ ਤੋਂ ਬੈਠੇ ਸੀ ਮੋਰਚਿਆਂ ਦੇ ਉੱਤੇ ਉਦੋਂ ਤੁਸੀਂ ਕਿੱਥੇ ਉਦੋਂ ਕਿਉਂ ਨਹੀਂ ਤੁਸੀਂ ਸਹੀ ਹੈ ਜੀ ਉਹ ਦਿਖਾ ਰਿਹਾ ਸਾਨੂੰ ਪਹਿਲਾਂ ਕਿੱਥੇ ਸੀ ਪਰ ਰੁਜੂ ਸਿੰਘ ਦੀ ਗੱਲ ਬਹੁਤ ਮੇਰੇ ਵਾਜਬ ਲੱਗੀ ਕਹਿੰਦਾ ਕਿ ਉਹਨਾਂ ਆਪਣੀ ਡਿਊਟੀ ਕੀਤੀ ਉਹਨਾਂ ਮਰਜ਼ੀ ਨਾਲ ਨਵਾ ਸਕਦੇ ਨਾ ਮਾਲਕਾਂ ਨੇ ਪਿੱਛੇ ਤਣਾਵ ਖਿੱਚਿਆ ਨਹੀਂ ਆ ਸਕਦੇ ਪਰ ਉਹਨਾਂ ਦੇ ਨਾਲ ਹੁਲੜਬਾਜ਼ੀ ਨਹੀਂ ਕਰਨੀ ਕਿਸੇ ਨੇ ਵੀ ਜੇ ਕੋਈ ਹੁਲੜਬਾਜ਼ੀ ਕਰੇਗਾ ਤਾਂ ਸਮਝ ਲੈ ਕਿ ਕਿਸਾਨ ਮੋਰਚ ਦਾ ਵੈਰੀ ਹੈ ਤੇ ਉਹਦੇ ਨਾਲ ਅਸੀਂ ਸਿੱਝਾਂਗੇ ਕਰੂਨ ਦੇਸ਼ ਦਾ ਤਾਂ ਬਾਅਦ ਚਾਹਵੇਂਗਾ ਪਹਿਲਾਂ ਤੇ ਅਸੀਂ ਉਹਨੂੰ ਖੜਕੈਂਦੀ ਕਰਾਂਗੇ ਉਹਦੀ ਵੀ ਉਹ ਭਾਈ ਇਹ ਦਸ ਕਰਤੂਤ ਕਿਉਂ ਕੀਤੇ ਉਹ ਆਪਣੀ ਡਿਊਟੀ ਤੇ ਨਹੀਂ ਉਹ ਵੀ ਆਪਣੀ ਡਿਊਟੀ ਹੈ ਅਸੀਂ ਆਪਣੀ ਡਿਊਟੀ ਨੇ ਦੂਸਰੀ ਗੱਲ ਜਿਹੜੀ ਗੱਲ ਬਲਬੀਰ ਸਿੰਘ ਰਾਜੇਵਾਲ ਨੇ ਕਹੀ ਕਿ ਵਿਦੇਸ਼ਾਂ ਦੇ ਵਿੱਚ ਲੋਕ ਅੱਜ ਕੱਲ੍ਹ ਰਾਤ ਨੂੰ ਸੌਂਦੇ ਨਹੀਂ ਤੇ ਉਹ ਸਾਡਾ ਦਿਨ ਹੁੰਦਾ ਉਹ ਮਿੰਟ ਮਿੰਟ ਦੀ ਖਬਰ ਰੱਖ ਕੇ ਟੈਲੀਫੋਨਾਂ 'ਚ ਰਹੀ ਚੈਨਲਾਂ 'ਚ ਰਹੀ ਸੋਸ਼ਲ ਮੀਡੀਆ ਗਰੁੱਪਸ 'ਚ ਰਹੀ ਜਾਣਕਾਰੀ ਰੱਖਦੇ ਨੇ ਇੱਕੋ ਨਾਲ ਪੀੜਾ ਸਾਡੇ ਨਾਲ ਸਾਂਝੀ ਪੀੜਾ ਉਹਨਾਂ ਦੀ ਔਰ ਕੁਝ ਥਾਵਾਂ ਦੇ ਉੱਤੇ ਉਹਨਾਂ ਨੇ ਇਸ ਕਿਸਮ ਦੀਆਂ ਗੱਲਾਂ ਵੀ ਕੀਤੀਆਂ ਨੇ ਕਿ ਅਸੀਂ ਆਪ ਆਉਣਾ ਚਾਹੁੰਦੇ ਆਂ ਕੁਝ ਲੋਕ ਆਏ ਵੀ ਨੇ ਪਰ ਆਉਣ ਦੀ ਲੰਮੀ ਚੜ੍ਹਨੀ ਲੋੜ ਨਹੀਂ ਹੈ ਤੁਸੀਂ ਜਿੱਥੇ ਬੈਠੇ ਹੋ ਇੱਥੋਂ ਦੀਆਂ ਜਿਹੜੀਆਂ ਤੁਹਾਡੀਆਂ ਵੈਸਿਸ ਨੇ ਜਾਂ ਜਿਹੜੀਆਂ ਇੱਥੋਂ ਦੇ ਕਾਉਂਸਲਟ ਨੇ ਉਹਨਾਂ ਨੂੰ ਤੁਸੀਂ ਸਾਡੇ ਹੱਕ ਦੇ ਵਿੱਚ ਮਤੇ ਪਾ ਕੇ ਦਿਓ ਤਾਂ ਕਿ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਕੇ ਤੁਹਾਡੀ ਜਿਹੜੀ ਭਾਵਨਾ ਆ ਉਹ ਲੋਕਾਂ ਤੱਕ ਜਾ ਸਕੇ ਜਿਹੜੀ ਗੱਲ ਹੋਰ ਉਹਨਾਂ ਨੇ ਆਖੀ ਕਿ ਸਾਨੂੰ ਇਹ ਅੱਜ ਹੀ ਪਤਾ ਲੱਗੀ ਹੈ ਗੱਲ ਕੱਲ ਤੱਕ ਨਹੀਂ ਸੀ ਪਤਾ ਕਿ ਗਵਰਨਮੈਂਟ ਆਫ ਇੰਡੀਆ ਨੇ ਪਰਚੇਜ਼ਰ ਦੀ ਡੈਫੀਨੇਸ਼ਨ ਤਕਦੀਲ ਕਰ ਦਿੱਤੀ ਹੈ ਹਮ ਹਮ ਪਰਚੇਜ਼ਰ ਦੀ ਡੈਫੀਨੇਸ਼ਨ ਦੇ ਵਿੱਚ ਜਿਹੜਾ ਗਵਰਨਮੈਂਟ ਦੇ ادارے ਹੁਣ ਤੱਕ ਪਰਚੇਜ਼ ਕਰਦੇ ਸੀ ਉਹ ਸਾਰੇ ਕੱਢ ਦਿੱਤੇ ਨੇ ਅੱਛਾ ਜੀ ਇਹਦਾ ਮਤਲਬ ਇਹ ਹੋਇਆ ਕਿ ਐਮਐਸਪੀ ਜੇ ਤੁਸੀਂ ਗੱਲ ਕਰਦੇ ਵੀ ਹੋ ਕਿ ਜਰੂਰ ਪਰਚੇਜ਼ ਹੋਏਗੀ ਤਾਂ ਇਹਦੇ ਮਨੇ ਗਵਰਨਮੈਂਟ ਏਜੰਸੀਜ਼ ਦੇ ਖਰਚੇ ਹੋ ਗਏ ਵਿੱਚੋਂ ਉਹਨੇ ਜਿੱਥੇ ਵਾਲਾ ਦਿੱਤਾ ਜਿਹੜੀ ਪ੍ਰਾਈਮ ਮਿਨਿਸਟਰ ਆਫਿਸ ਤੋਂ ਵੱੱਕ ਕੇ ਮੁੱਖ ਮੰਤਰੀਆਂ ਨੂੰ ਗਈ ਜਿੱਥੇ ਉਦੋਂ ਚ ਇਹ ਗੱਲ ਕਲੀਅਰ ਕਰ ਲਿਖੀ ਹੋਈ ਏ ਕਿ ਜਿਹੜੀ ਪੰਜਾਬ ਤੇ ਹਰਿਆਣਾ ਇਹਦੇ ਵਿੱਚੋਂ ਵਿਡਰਾ ਕੀਤਾ ਜਾਏਗਾ ਜਿਹੜੀ ਗਵਰਨਮੈਂਟ ਏਜੰਸੀਜ਼ ਨੂੰ ਉਹਨਾਂ ਮੈਂ ਵਿਡਰਾ ਕੀਤਾ ਜਾਏਗਾ ਸੋ ਇਹ ਜਿਹੜੀਆਂ ਠੇਡੀਆਂ ਬੇਈਮਾਨੀਆਂ ਨੇ ਇਹਨਾਂ ਤੋਂ ਖੜਾ ਛਡਾਓ ਆਪਣਾ ਵੀ ਤੇ ਸਾਡਾ ਵੀ ਖੜਾ ਛਡਾਓ ਸਾਡਾ ਸੱਚ ਬੋਲੋ ਜਿੰਨੀ ਗੱਲ ਕਰਦੇ ਸੱਚ ਬੋਲੋ ਇਹੀ ਗੱਲ ਫਿਰ ਉੱਥੇ ਸਤਨਾਮ ਸਿੰਘ ਜਨਾਲਾ ਇੱਕ ਜਥੇਬੰਦੀ ਦੇ ਜਹੋਰੀ ਕਿਸਾਨ ਸਭਾ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਅੱਜ ਜੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਪਾਰਟੀ ਵਾਈਜ਼ ਉੱਪਰ ਉੱਠ ਕੇ ਲੋਕਾਂ ਨੇ ਦਿੱਲੀ ਵੱਲ ਨੂੰ ਕੁਝ ਕੀਤਾ ਤਾਂ ਇਹਦਾ ਮਤਲਬ ਇਹੀ ਬਣਦਾ ਹੈ ਕਿ ਲੋਕਾਂ ਦੀ ਪੀੜ ਸਾਂਝੀ ਹੈ ਪੋਲਿਟিক্যাল ਪਾਰਟੀਆਂ ਦਾ ਰੰਗ ਸਾਂਝਾ ਨਹੀਂ ਉਹਨਾਂ ਵਾਸਤੇ ਉਹ ਵਖਰੇਵੇਂ ਭੁੱਲ ਕੇ ਆਏ ਨੇ ਇੱਕੋ ਟਰਾਲੀ 'ਚ ਆਏ ਨੇ ਭਰਾ ਬਣ ਕੇ ਆਏ ਨੇ ਇੱਕੋ ਮਿੱਤਰ ਸੌਂਦੇ ਨੇ ਇੱਕੋ ਜੁਲਾ ਲੈਂਦੇ ਨੇ ਇਸ ਕਰਕੇ ਗੱਲ ਪਛਾਣਣ ਦੇ ਲੋੜ ਐ ਅੱਜ ਤੱਕ ਦੋ ਹੀ ਹਿੰਦੁਸਤਾਨ ਨੇ ਇੱਕ ਕਿਸਾਨ ਪੱਖੀ ਅਤੇ ਕਿਸਾਨ ਵਿਰੋਧੀ ਹੈ ਇਹੀ ਗੱਲ ਰਾਜੇਵਾਲ ਨੇ ਵੀ ਆਖੀ ਜੀ ਇਹ ਤਾਂ ਤੁਸੀਂ ਕਹਿੰਦੇ ਇੱਕ ਦੇਸ਼ ਤੇ ਇੱਕ ਮੰਡੀ ਉਹ ਤਾਂ ਪਹਿਲਾਂ ਹੀ ਹੈਗੀ ਸੀ ਹੁਣ ਤਾਂ ਤੁਸੀਂ ਇੱਕ ਦੇਸ਼ ਦੋ ਮੰਡੀਆਂ ਬਣਾ ਰਹੇ ਹੋ ਪ੍ਰਾਈਵੇਟ ਸੈਕਟਰ ਦੀ ਮੰਡੀ ਵੱਖਰੀ ਸਰਕਾਰੀ ਸੈਕਟਰ ਦੀ ਮੰਡੀ ਵੱਖਰੀ ਰੱਬ ਦਾ ਵਾਸਤਾ ਜੇ ਇਹ ਦੋਵਾਂ ਵੀ ਨਾਂ ਵਰਤੋ ਇਹ ਸਾਡੇ ਕਿਸੇ ਦੇ ਵੀ ਹਿੱਤ ਚ ਨਹੀਂ ਹੈ ਸੋ ਇਹ ਗੱਲ ਸਾਰੇ ਮੈਂਬਰਾਂ ਨੇ ਵੰਗਾਰ ਕੇ ਕਹੀ ਗਏ ਮੇਰ ਸਿੰਘ ਆ ਵੱਲੋਂ ਜਾਂ ਕਿਸੇ ਹੋਰ ਖੇਤੀਬਾੜੀ ਮੰਤਰੀ ਵੱਲੋਂ ਜਾਂ ਪ੍ਰਧਾਨ ਮੰਤਰੀ ਆਫਿਸ ਵੱਲੋਂ ਅੱਜ ਸ਼ਾਮ ਤੀਕ ਸਾਡੇ ਕੋਲੇ ਕੋਈ ਸੱਦਾ ਪੱਤਰ ਨਹੀਂ ਕਿ ਅਸੀਂ ਕੱਲ ਨੂੰ ਗੱਲ ਕਿਹਦੇ ਨਾਲ ਕਰਨੀ ਹੈ ਜੀ ਜਿਸ ਤਰ੍ਹਾਂ ਗਿਲ ਸਾਹਿਬ ਪਹਿਲਾਂ ਗ੍ਰਹਿ ਮੰਤਰੀ ਵੱਲੋਂ ਇੱਕ ਸਟੇਟਮੈਂਟ ਆਈ ਸੀ ਕਿ ਕਿਸਾਨ ਨਾਲ ਹੀ ਨਾਲ ਗੱਲਬਾਤ ਕਰਨ ਲਈ ਤਿਆਰ ਆ ਪਰ ਨਿੰਦਰ ਮੋਦੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਵੱਲੋਂ ਜਦੋਂ ਮਨ ਕੀ ਬਾਤ ਕੀਤੀ ਗਈ ਹੈ ਤਾਂ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਗਈ ਇੰਨੀ ਵੱਡੀ ਗਿਣਤੀ 'ਚ ਕਿਸਾਨ ਪੰਜਾਬ ਦੇ ਹਰਿਆਣਾ ਦੇ ਜੁਪੀ ਦੇ ਪਹੁੰਚੇ ਹੋਏ ਨੇ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਦੇ ਰੁਖ ਦੇ ਵਿੱਚ ਕੋਈ ਨਰਮੀ ਆ ਰਹੀ ਹੈ ਕਿਸ ਤਰ੍ਹਾਂ ਦਾ ਰੁਖ ਤਿਆਰ ਕਰ ਰਹੀ ਹੈ ਸਰਕਾਰ ਦੀ ਵੇਖੋ ਨਰਮੀ ਤਾਂ ਨਹੀਂ ਮੈਂ ਕਹਿ ਸਕਦਾ ਸਰਗਰਮੀ ਕਹਿ ਸਕਦਾ ਜੀ ਸਰਕਾਰ ਦੇ ਰੁਖ ਵਿੱਚ ਸਰਗਰਮੀ ਜ਼ਰੂਰ ਹੈ ਕਿਉਂਕਿ ਬਹੁਤ ਸਾਰੀਆਂ ਮੀਟਿੰਗ ਜਿਹੜੀਆਂ ਰਾਜਨਾਥ ਸਿੰਘ ਉਹਨਾਂ ਨੇ ਕੀਤੀਆਂ ਵਿਥਿਆ ਉਹਨਾਂ ਨੇ ਕੀਤੀਆਂ ਖੇਤੀਬਾੜੀ ਮੰਤਰੀ ਨਾਲ ਮਿਲ ਕੇ ਕੀਤੀਆਂ ਹਲਚਲ ਤਾਂ ਹੈ ਉਹ ਹਲਚਲ ਪੋਜ਼ਿਟਿਵ ਹੈ ਨੈਗੇਟਿਵ ਹੈ ਗੱਲਬਾਤ ਰਾ ਅੱਗੇ ਤੁਰਨ ਵਾਲੀ ਹੈ ਜਿੱਦ ਕਰਨ ਵਾਲੀ ਹੈ ਜਿੱਦ ਛੱਡਣ ਵਾਲੀ ਹੈ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਹਲਚਲ ਜ਼ਰੂਰ ਹੈ ਹਰਕਤ ਜ਼ਰੂਰ ਹੈ ਸਰਗਰਮੀ ਜ਼ਰੂਰ ਹੈ ਨਰਮੀ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ ਪਰ ਗੱਲ ਜਿਹੜੀ ਆਖੀ ਖਾਸ ਕਰਕੇ ਰਾਜੇਵਾਲ ਨੇ ਫਿਰ ਉਹ ਗੱਲ ਇਸ ਪ੍ਰਸੰਗ ਦੀ ਵੀ ਦੱਸਣੀ ਬਣਦੀ ਹੈ ਉਹਨਾਂ ਕਹਿੰਦੇ ਰਬੋਦੀ ਜੀ 6 ਸਾਲ ਉੱਕਤੋਂ ਆਪਣੇ ਮਨ ਦੀ ਬਾਤ ਕਹਿੰਦੇ ਆ ਉਹ ਹੂੰ ਹੂੰ ਸਾਡੇ ਵੀ ਇੱਕ ਮਨ ਦੀ ਬਾਤ ਹੈ ਜੇ ਅਸੀਂ ਨਹੀਂ ਪ੍ਰਧਾਨ ਮੰਤਰੀ ਫਿਰ ਕਿਹਾ ਅਸੀਂ ਚੱਲ ਕੇ ਆਏ ਆਂ ਦਿੱਲੀ ਦੇ ਦੁਆਰੇ ਸਾਡੇ ਮਨ ਦੀ ਬਾਤ ਵੀ ਸੁਣ ਲਓ ਕਿਤੇ ਸਾਡੇ ਮਨ ਦੀ ਬਾਤ ਵੀ ਸੁਣੋ ਇਹ ਵਨਵੇ ਟ੍ਰੈਫਿਕ ਤੋਂ ਨਾ ਚਲਾਓ ਜੀ ਦੂਸਰਾਂ ਨੇ ਕਿਹਾ ਕਿ ਤੁਸੀਂ ਸਾਨੂੰ 22 ਫਸਲਾਂ ਦਾ ਐਮਐਸਪੀ ਅਨਾਉਂਸ ਹਰ ਸਾਲ ਕਰ ਦਿਓ ਪਿਛਲੇ 55 ਸਾਲ ਤੋਂ ਹਕੂਮਤ ਕੋਈ ਵੀ ਹੋਵੇ ਪਰ ਇਹ ਕਿਉਂ ਭੁੱਲਦੇ ਹੋ ਕਿ ਪੰਜਾਬ 'ਚ ਮੱਕੀ ਉਲਦੀ ਹੈ ਅੱਧੇ ਮੁੱਲ ਤੇ ਵਿਕਦੀ ਐ ਐਮਐਸਪੀ ਤੋਂ ਮੂੰਗੀ ਉਲਦੀ ਐ ਸੂਰਜ ਮੁਖੀ ਰੋਲ ਦਾ ਤੇ ਬਦਲਵੇਂ ਫਸਲਾਂ ਦੀ ਗੱਲ ਕਰਦੇ ਕਰਦੇ ਤੁਹਾਨੂੰ ਸੰਗ ਨਹੀਂ ਆਉਂਦੀਆਂ ਗੱਲ ਕਹਿੰਦੇ ਉਹਨਾਂ ਕਿ ਬਦਲਵੇਂ ਫਸਲਾਂ ਬੀਜੋ ਇਹ ਬਦਲਵੇਂ ਬੀਜਦੇ ਹੋ ਤੁਸੀਂ ਲੈਂਦੇ ਕੋਈ ਨਹੀਂ ਤੇ ਜੱਟ ਮਰੇ ਤਾਂ ਕੀ ਨਾ ਕਰੇ ਸੋ ਇਸ ਕਰਕੇ ਕਿਸਾਨ ਨੂੰ ਮਾਰੋ ਨਾ ਸਾਨੂੰ ਅੱਜ ਗਰੰਟੀਡ ਪਰਚੇਜ਼ ਚਾਹੀਦੀ ਹੈ ਜਿਹੜੀਆਂ ਫਸਲਾਂ ਤੁਸੀਂ ਬਦਲਵੇਂ ਸਾਨੂੰ ਕਹਿ ਰਹੇ ਹੋ ਜਿਹੜੀਆਂ ਐਮਐਸਪੀ ਦੇ ਦਿੰਨਾ ਹੁੰਦੀਆਂ ਨੇ ਉਹ ਤੁਸੀਂ ਵਿਡਰਾ ਕਰ ਰਹੇ ਹੋ ਜੀ ਫਿਰ ਉਹਨਾਂ ਜਿੱਥੇ ਦਾ ਵਾਲਾ ਦੇ ਕੇ ਫਿਰ ਦੁਬਾਰਾ ਗੱਲ ਕਹੀ ਉਹਨਾਂ ਪ੍ਰਧਾਨ ਮੰਤਰੀ ਚਿੱਠੀ ਵਾਲੀ ਇਹ ਸੁਪੇਰੇ ਮੁੱਖ ਮੰਤਰੀ ਅਨਵਾਈ ਹੈ ਕਿ ਰਬ ਦਾ ਵਾਸਤਾ ਜੇ ਕਾਲੇ ਕਾਨੂੰਨ ਵਾਪਸ ਲਾਓ ਨਾਲ ਹੀ ਇਹ ਦੋ ਆਰਡੀਨੈਂਸ ਕੀਤੇ ਨੇ ਇਹ ਕਾਰਡੀਨੈਂਸ ਕੀਤਾ ਇਹਨਾਂ ਨੇ ਖਾਸ ਕਰਕੇ ਪ੍ਰਾਲੀ ਨੂੰ ਸਾਡੇ ਨਾਲ ਦੂਸਰਾ ਕੀਤਾ ਉਹਨਾਂ ਨੇ ਇੱਕ ਪਾਸ ਕੀਤਾ ਬਿਜਲੀ ਸੋਸ ਬਿਲ ਇਹ ਪੰਜੇ ਛੇ ਆ ਜਿਹੜੀਆਂ ਨੇ ਇਹ ਸਾਡੇ ਵਾਸਤੇ ਗਲ ਦਾ ਜੰਜਾਲ ਨੇ ਫਾਇਆਂ ਨੇ ਰਸਾ ਹੈ ਇਹਨਾਂ ਨੂੰ ਵੈਦਰਾ ਕਰੋ ਫਿਰ ਸਾਨੂੰ ਸੁੱਖ ਦਾ ਸਾਹ ਆਉਣਾ ਉਦੋਂ ਬਾਅਦ ਚ ਗੱਲ ਅਗਲੀ ਕਰਾਂਗੇ ਜੀ ਗਿਲ ਸਾਹਿਬ ਜਿਹੜੀਆਂ ਟੈਕਸੀਆਂ ਜਾਂ ਟਰੱਕ ਜੂਨੀਅਨ ਨੇ ਦਿੱਲੀ ਦੇ ਵਿੱਚ ਉਹਨਾਂ ਵੱਲੋਂ ਵੀ ਬੰਦ ਦਾ ਸਦਨਤਾ ਜਾ ਰਿਹਾ ਹੈ ਜੀ ਕੀ ਅਪਡੇਟ ਹੈ ਜੀ ਉਸ ਦੇ ਬਾਰੇ ਦੋ ਦਿਨ ਉਹਨਾਂ ਨੇ ਕਹਿਆ ਕਿ ਅਸੀਂ ਨਾ ਤਾਂ ਆਟੋ ਰਿਕਸ਼ਾ ਚਲਾਉਣਾ ਹੂੰ ਹੂੰ ਨਾ ਅਸੀਂ ਟੈਕਸੀਆਂ ਚਲਾਉਣੀਆਂ ਤੇ ਨਾ ਅਸੀਂ ਟਰੱਕ ਕਿਤੇ ਮੂਵ ਕਰਨੇ ਨੇ ਅੱਛਾ ਜੀ ਉਹਨਾਂ ਨੇ ਇਹ ਗੱਲ ਬੜੀ ਕਲੀਅਰ ਕੱਟ ਕੇ ਕਹੀ ਅੱਜ ਉੱਥੇ ਹਾਜ਼ਰ ਹੋ ਕੇ ਨਾਲ ਪੱਲਾ ਪਕ ਗੱਲ ਕਹੀ ਕਿ ਅਸੀਂ ਵੀ ਤੁਹਾਡੇ ਪੁੱਤਰਾਂ ਤੁਹਾਡੀ ਪੀੜ ਦਾ ਸਾਨੂੰ ਅਹਿਸਾਸ ਹੈ ਹੁਣ ਤੱਕ ਜਿਹੜੀ ਅਸੀਂ ਕਮਾਈ ਕੀਤੀ ਏ ਰੋਟੀ ਬਾਣੀ ਖਾਦਾ ਆ ਓਟੋ ਓਟਵਾਈ ਤੁਹਾਡੇ ਸਮਾਨ ਦੀ ਕੀਤੀ ਸੀ ਅਸੀਂ ਕਿ ਹੁਣ ਸਾਨੂੰ ਸ਼ਰਮ ਆਉਂਦੀ ਵੀ ਸਾਡੇ ਭਰਾ ਜਿਹੜੇ ਪੀਜਣ ਵਾਲੇ ਨੇ ਪੈਦਾ ਕਰਨ ਵਾਲੇ ਨੇ ਜੀ ਉਹ ਨੀਲੇ ਅੰਬਰ ਦੀ ਸ਼ਾਮੇ ਠਰੀਆਂ ਹੋਈਆਂ ਕਕਰੀਲੀਆਂ ਰਾਤਾਂ 'ਚ ਸੌਂਦੇ ਨੇ ਤਾਂ ਸਾਨੂੰ ਰੋਟੀ ਨਹੀਂ ਲੰਗਦੀ ਅਸੀਂ ਤੁਹਾਡੇ ਨਾਲ ਆ ਅਸੀਂ ਦੋ ਦਿਨ ਘੱਟੋ-ਘੱਟ ਗਵਰਨਮੈਂਟ ਅੱਫੀਂੇ ਦੱਸ ਦੇਣਾ ਚਾਹੁੰਦੇ ਆ ਕਿ ਫਾਰਮਰ ਕਿਸਾਨ ਇਕੱਲੇ ਨਹੀਂ ਹਨ ਅਸੀਂ ਨਾਲ ਆ ਜੀ ਇਸੇ ਤਰ੍ਹਾਂ ਦਾ ਸਮਰਥਨ ਜਿਹੜਾ ਸ਼ਹਿਰਾਂ ਦੇ ਵਿੱਚੋਂ ਖਾਪ ਪੰਚਾਇਤਾਂ ਵੱਲੋਂ ਵੀ ਮਿਲ ਰਿਹਾ ਹੈ। ਉਹ ਮੈਂ ਤੁਹਾਨੂੰ ਦੱਸਿਆ ਸੋਮਵੀਰ ਸੰਗਵਾਨ ਨੇ ਸੰਗਵਾਨ ਖਾਪ ਵੱਲੋਂ ਇਹ ਲਾ ਫੈਸਲਾ ਸੁਣਾਇਆ ਅੱਜ ਉਹਨੇ ਰਿਜ਼ਾਈਨ ਵੀ ਕਰਤਾ ਆਪਣੇ ਚੇਅਰਮੈਨਸ਼ਿਪ ਤੋਂ ਔਰ ਉਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਵੱਲ ਨੂੰ ਕੂਚ ਕਰਾਂਗੇ ਕੱਲ ਮੰਗਲਵਾਰ ਵਾਲੇ ਜੇ ਗਿੱਲ ਜੀ ਤੁਸੀਂ ਇਹ ਮੈਂ ਦੱਸਿਆ ਇਹ ਕਿ ਕਾਫੀ ਸੰਸਥਾਵਾਂ ਨੇ ਜਿਹੜੀਆਂ ਕਿ ਇਸ ਸਮੇਂ ਉੱਥੇ ਕਾਫੀ ਸਪੋਰਟ ਵੀ ਕਰ ਰਹੀਆਂ ਕਾਲਸਾਈਟ ਤੇ ਹੋਰ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਲੰਗਰ ਉੱਥੇ ਚਲਾਏ ਜਾ ਰਹੇ ਨੇ ਗੁਰਦੁਆਰਾ ਕਮੇਟੀਆਂ ਮੰਦਰ ਕਮੇਟੀਆਂ ਮਸੀਤਾਂ ਦੀਆਂ ਸੰਸਥਾਵਾਂ ਬਹੁਤ ਸਾਰਾ ਲੰਗਰ ਪਕਾ ਕੇ ਉੱਥੇ ਲਿਜਾ ਰਿਹਾ ਨੇ ਲਿਆ ਰਿਹਾ ਨੇ ਹਮਮ ਔਰ ਜਿਹੜੀ ਖਾਲਸਾ ਏਡ ਸੋਸਾਇਟੀ ਹੈ ਰਵੀ ਸਿੰਘ ਖਾਲਸਾ ਵਾਲੀ ਔਰ ਯੂਨਾਈਟਿਡ ਸਿਕਸ ਵਾਲੇ ਦੋਸਤ ਨੇ ਉਹ ਜਲ ਸੇਵਾ ਮੈਡੀਕਲ ਕੇਅਰ ਔਰ ਅੱਜ ਤਾਂ ਉਹਨਾਂ ਨੇ ਮਿਸ਼ਤਾਨ ਬਣਾ ਕੇ ਮਠੇਂਗੇ ਬਣਾ ਕੇ ਵੀ ਪ੍ਰਸ਼ਾਦ ਬਣਾ ਕੇ ਕੀਰਾਂ ਬਣਾ ਕੇ ਵੀ ਸੰਗਤਾਂ ਨੂੰ ਸ਼ਿਕਾਇਆ ਨਹੀਂ ਕੋ ਗੁਰਪਰੂਸੀ ਅੱਜ ਜੀ ਸੋ ਉਹ ਉਹਨਾਂ ਦੇ ਵਲੰਟੀਅਰ ਜਿਹੜੇ ਨੇ 24 ਘੰਟੇ ਠੇ ਪੈਰ ਉੱਥੇ ਵਾਰੀ ਬਦਲ ਬਦਲ ਕੇ ਹਾਜ਼ਰ ਹੁੰਦੇ ਨੇ ਪਰ ਆਪਣੀ ਵਰਦੀ ਪਾ ਕੇ ਉਹ ਸੇਵਾ ਉੱਥੇ ਨਿਭਾਉਂਦੇ ਨੇ ਔਰ ਅੱਜ ਤਾਂ ਮੈਂ ਇਹ ਵੀ ਵੇਖਿਆ ਸ਼ਾਇਦ ਕੱਲ ਦੀ ਕਵਰੇਜ ਕਿਤੇ ਦੇਖੀ ਮੈਂ ਕਿ ਬਹੁਤ ਸਾਰੇ ਸਾਡੇ ਜਿਹੜੇ ਗਾਇਕ ਦੋਸਤ ਨੇ ਉਹ ਵੀ ਉਸ ਸੇਵਾ ਦੇ ਵਿੱਚ ਸ਼ਾਮਲ ਆਪਣੇ ਆਪ ਨੂੰ ਕੀਤੀ ਬੈਠੇ ਸੀ ਕੋਈ ਬਰਤਨ ਵਾਜ ਰਿਹਾ ਕੋਈ ਕੁਸ਼ ਕਰ ਰਿਹਾ ਕੋਈ ਕੁਸ਼ ਕਰ ਰਿਹਾ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਮਹਾ ਯੱਗ ਵਰਗੀ ਖੇਡ ਵੜ ਗਈ ਹੋਣਾ ਕਿਹੜੇ ਕਿਹੜੇ ਗਾਇਕ ਨੇ ਜਿਹੜੇ ਪਹੁੰਚ ਚੁੱਕੇ ਨੇ ਜੀ ਦਿੱਲੀ ਅ ਕੱਲ ਬੱਬੂ ਮਾਨ ਪਹੁੰਚਿਆ ਜੀ ਬੱਬੂ ਮਾਨ ਨੇ ਜਿਹੜੇ ਗੱਲਾਂ ਕੀਤੀਆਂ ਉਹ ਗੱਲਾਂ ਮੈਨੂੰ ਲੱਗਦਾ ਕਿ ਬਹੁਤ ਮੈਚਿਓਰਿਟੀ ਲੈਵਲ ਤੋਂ ਬਿਨਾ ਨਹੀਂ ਕੀਤੀਆਂ ਜਾ ਸਕਦੀਆਂ ਹੂੰ ਹੂੰ ਉਹਨੇ ਕਿਹਾ ਕਿ ਬਹੁਤ ਸਾਰੇ ਦੋਸਤਾਂ ਨੇ ਸ਼ਿਕਵਾ ਹੈ ਕਿ ਅਸੀਂ ਲੋਕ ਇੱਥੇ ਮੋਰਚੇ ਤੇ ਫਰੰਟ ਤੇ ਨਹੀਂ ਆਉਂਦੇ ਜਿਹੜੇ ਆਏ ਨੇ ਬੜੇ ਚੰਗਾ ਕੀਤਾ ਉਹਨਾਂ ਨੇ ਪਰ ਜਿਹੜੇ ਨਹੀਂ ਆਏ ਉਹ ਵੀ ਕੋਈ ਕਿਸਾਨ ਪੱਖੀ ਕਾਰਜ ਜੀ ਕਰ ਰਹੇ ਹੋਣਗੇ ਕਿ ਇਹ ਹਰ ਬੰਦੇ ਦਾ ਹਰ ਥਾਂ ਦੇ ਉੱਤੇ ਜਾਣਾ ਲਾਜ਼ਮੀ ਨਹੀਂ ਹੁੰਦਾ ਸਾਰੀ ਰੈਲਿਟੀ ਜਿਹੜੀ ਇਹ ਘਰ ਬੈਠ ਕੇ ਤੁਸੀਂ ਲਿਖਤ ਲਿਖ ਕੇ ਗੀਤ गा ਕੇ ਫਿਲਮ ਬਣਾ ਕੇ ਵਿਜ਼ੂਅਲ ਤਿਆਰ ਕਰਕੇ ਪੇਂਟਿੰਗ ਬਣਾ ਕੇ ਵੀ ਸਾਬਤ ਕਰ ਸਕਦੇ ਹੋਰ ਤੁਸੀਂ ਸਾਬਤ ਕਰ ਸਕਦੇ ਹੋ ਕਿ ਮੈਂ ਲੁੱਟੇ ਜਾਣ ਵਾਲੇ ਨਾਲਾਂ ਕਿ ਲੁੱਟੇ ਲੁੱਟਣ ਵਾਲੇ ਨਾਲਾਂ ਇਹ ਕਹਿੰਨ ਉਹ ਇਹ ਗੱਲ ਕਹੀ ਵੀ ਮੈਂ ਜਿਹ ਹਾਜ਼ਰ ਅੱਜ ਤਾਂ ਮੈਂ ਇਥੇ ਤੇਜਿੰਦਰ ਸਿੰਘ ਬੱਬੂ ਮਾਨ ਬਣ ਕੇ ਨਹੀਂ ਆਇਆ ਇੱਥੇ ਮੈਂ ਖੰਡਪਿੰਡ ਦਾ ਉਹ ਮਾਨਾ ਦਾ ਮੁੰਡਾ ਬਣ ਕੇ ਆਇਆ ਜਿਹਦੀ ਜ਼ਮੀਨ ਖਤਰੇ 'ਚ ਹੈ ਜਿਹਦਾ ਪਾਣੀ ਖਤਰੇ 'ਚ ਹੈ ਜੀ ਦੀ ਅਜਬਤ ਖਤਰੇ 'ਚ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਉਸੇ ਰੂਪ ਚ ਆਉਣਾ ਚਾਹੀਦਾ ਇਹ ਹੀ ਗੱਲਾਂ ਜਸਬੀਰ ਜੱਸੀ ਨੇ ਕੀਤੀਆਂ ਇਹ ਹੀ ਗੱਲਾਂ ਇੰਦਰਜੀਤ ਨਿੱਕੂ ਨੇ ਕੀਤੀਆਂ ਤਰਸੇਮ ਜੱਸੜ ਨੇ ਕੀਤੀਆਂ ਪੰਮੀ ਬਾਈ ਨੇ ਕੀਤੀਆਂ ਔਰ ਨਵੇਂ ਸਾਡੇ ਗਾਇਕ ਹਰਮਨ ਹਰਜੀਤ ਹਰਮਨ ਜਾਂ ਰਿਸ਼ਵਾਰ ਸਿੰਘ ਵਾਲ ਢਾਡੀ ਔਰ ਕਮਰ ਘਰੇ ਵਾਲ ਤਾਂ ਪਹਿਲੇ ਦਿਨੋਂ ਹੀ ਨਾਲ ਨਾਲ ਤੁਰਿਆ ਫਿਰਦਾ ਵੜਾ ਉਹਨੇ ਗੀਤ ਵੀ ਬੜੇ ਉਹਨੇ ਪੇਚਾ ਪੈ ਕੇ ਸੈਂਟਰ ਨਾਲ ਗੀਤ ਨੇ ਤਾਂ ਕਈ ਕਰੋੜ ਤੱਕ ਆਪਣੀ ਰਸਾਈ ਕਰ ਲਈ ਹੈ ਔਰ ਆਪ ਹਰ ਥਾਂ ਦੇ ਉਤੇ ਹਾਜ਼ਰ ਹੁੰਦਾ ਹੈ ਇਸੇ ਦਾ ਰਣਜੀਤ ਬਾਵਾ ਬਹੁਤ ਐਕਟਿਵਲੀ ਨਾਲ ਤੁਰਿਆ ਹੋਇਆ ਜਸ ਬਾਜਵਾ ਇੱਕ ਨੌਜਵਾਨ ਜਿਹਦੇ ਬਾਰੇ ਕਿਸੇ ਨੇ ਵੀ ਦੱਸਿਆ ਕਿ ਉਹਦਾ ਵਿਆਹ ਵੀ ਇਸੇ ਨਾਲ ਦਿਨਾਂ ਦੇ ਵਿੱਚ ਪਰ ਇਹਦੇ باوجود ਵੀ ਬਹੁਤ ਸਾਰਾ ਸਮਾਂ ਉਹਨੇ ਜਿਹੜਾ ਇਸ ਮੋਰਚੇ ਦਿੱਤਾ ਰਾਕੇ ਹੁੰਦਲ ਆ ਕੁੜੀਆਂ ਚੋ ਇਸੇ ਤਰ੍ਹਾਂ ਹੀ ਪਾਲੀ ਦੇਤ ਵਾਲੀ ਹੈ ਥੀਏਟਰ ਦੀ ਤੇ ਫਿਲਮਾਂ ਦੀ ਬਹੁਤ ਵੱਡੀ ਅਭਿਨੇਤਰੀ ਗੁਰਪ੍ਰੀਤ ਕੌਰ ਭੰਗੂ ਹੈ ਔਰ ਜਿਹੜੇ ਹੋਰ ਕੁਝ ਲੋਕ ਬਹੁਤ ਹਿੰਮਤ ਨਾਲ ਇਹਨਾਂ ਦੇ ਨਾਲ-ਨਾਲ ਦੌੜ ਰਹੇ ਨੇ ਜਾਂ ਜਿਹੜੇ ਪਿੱਛੇ ਫਰੰਟਰ ਸਪਲਾਈ ਦੇਣ ਵਾਸਤੇ ਭਾਵ ਉਹਨਾਂ ਨੂੰ ਹਲਾਸ਼ੇਰੀ ਦੇਣ ਵਾਸਤੇ ਜਾਂ ਉਹਨਾਂ ਪੀਕ ਉਹਨਾਂ ਦੀ ਗੱਲ ਨੂੰ মিডিਆ ਤੱਕ ਪਹੁੰਚਾਉਣ ਵਾਸਤੇ ਕੰਮ ਕਰ ਰਹੇ ਨੇ মিডিਆ ਕਰਮੀ ਉਹਨਾਂ ਦਾ ਰੋਲ ਵੀ ਕੋਈ ਨਿਕਾ ਕਰਕੇ ਨਹੀਂ ਦੇਖਿਆ ਜਾ ਸੋ ਜਿਹੜੇ ਬਹੁਤ ਹਿੰਮਤ ਨਾਲ ਨੌਜਵਾਨ ਜਿਹੜੇ ਨਵੇਂ ਚੈਨਲਸ ਵਾਲੇ ਮਾਲਕ ਜਿਹੜੇ ਮੁੰਡੇ ਨੇ ਉਹ ਆਪ ਕੰਮ ਕਰ ਰਹੇ ਨੇ ਔਰ ਪੰਜਾਬੀ ਨੈਸ਼ਨਲ ਦੀ ਟੀਮ ਦਾ ਮੈਂ ਇਸ ਗੱਲ ਤੇ ਹੈਰਾਨ ਹਾਂ ਇੱਕ ਮਿਲੀਅਨ ਦੇ ਕਰੀਬ 뷰ਅਰਸ ਨੇ ਤੁਹਾਡੀ ਇੱਕ ਅੱਜ ਮੈਂ ਦੇਖ ਰਿਹਾ ਸਾਂ ਇੱਕ ਕਵਰੇਜ ਦੇ ਔਰ ਪੰਜਾਬੀ ਨੈਸ਼ਨਲ ਟੀਵੀ ਇਸ ਕੋਲ ਮਾਰਕ ਦਾ ਹੱਕਦਾਰ ਹੈ ਔਰ ਕੁਝ ਹੋਰ ਚੈਨਲਸ ਵੀ ਜਿਹੜੇ ਉਹਨਾਂ ਦੀ ਵੀ 뷰ਅਰਸ਼ਿਪ ਬਹੁਤ ਵਧੀ ਹੈ ਕਾਰਨ ਕਿ ਲੋਕ ਪਲ-ਪਲ ਦੀ ਖਬਰ ਤੁਹਾਡੇ ਕੋਲ ਜਾਨਣਾ ਚਾਹੁੰਦੇ ਆ ਸੋ ਇਹ ਸਾਰੇ ਜਿਹੜੇ ਗੀਤ ਵੀ ਆ ਰਹੇ ਨੇ ਉਹ ਸੈਂਟਰਲ ਸਟੇਟ ਰਿਲੇਸ਼ਨਸ਼ਿਪ ਤੇ ਆ ਰਹੇ ਨੇ ਇਹ ਆਪਣੇ ਆਪ ਦੀ ਵੱਡੀ ਵੱਡੀ ਗੱਲ ਆ ਦਿੱਲੀ ਨੂੰ ਨਖੇੜ ਕੇ ਵੇਖ ਰਹੇ ਨੇ ਹਿੰਦੁਸਤਾਨ ਨਾਲੋਂ ਦਿੱਲੀ ਸੱਤਾ ਦਾ ਕੇਂਦਰ ਪਹਿਲੀ ਵਾਰ ਗੀਤਾਂ ਦੇ ਵਿੱਚ ਆਈਏ ਖਾਸ ਕਰਕੇ ਪੌਪੂਲਰ ਜਿਹੜੇ ਸਾਡੇ ਗਾਇਕ ਨੇ ਉਹਨਾਂ ਨੇ ਅਜੇ ਤੱਕ ਦਿੱਲੀ ਨੂੰ ਇੱਕ ਦੁਸ਼ਮਣ ਵਾਂਗ ਨਹੀਂ ਸੀ ਵੇਖਿਆ ਲੇਖਕ ਤਾਂ ਲਿਖਦੇ ਸੀ ਦਿੱਲੀ ਦੇ ਖਿਲਾਫ ਪਰ ਗਾਇਕ ਨੇ ਪਹਿਲੀ ਵਾਰ ਆਪਣੇ ਕੰਨ ਨਾਲ ਇਹ ਸ਼ਬਦ ਸ਼ੁਹਾਏ ਨੇ ਜੀ ਗਿਲ ਸਰ ਫਿਲਮੀ ਐਕਟਰਸ ਕੰਗਨਾ ਰ瑙ਤ ਪਹਿਲਾਂ ਵੀ ਕਾਫੀ ਮੀਡੀਆ ਦੇ ਵਿੱਚ ਚਰਚਾ ਵਿੱਚ ਰਹੀ ਹੈ ਪਰ ਹੁਣ ਉਹਨੇ ਕੁਝ ਕਮੈਂਟਸ ਕੀਤੇ ਨੇ ਫਾਰਮਰਸ ਨੂੰ ਲੈ ਕੇ ਇਸ ਪਰ ਫਿਰ ਬੜੀ ਚਰਚਾ ਚਾਹੀਏ ਜੀ ਕੀ ਕਹਿਣਾ ਚਾਹੋਗੇ ਉਸਤੇ ਬਾਰੇ ਕੰਗਰ ਨਰਾਉਤ ਹਿਮਾਚਲ ਦੀ ਧੀ ਹੈ ਜੀ ਔਰ ਫਿਲਮਾਂ ਦੇ ਵਿੱਚ ਵੀ ਬੜਾ ਉਹਦਾ ਨਾਂ ਬਣਿਆ ਪਰ ਪਿਛਲੇ ਦਿਨ ਜਿਹੜੀਆਂ ਗੱਲਾਂ ਕੁਛ ਉਹਨੇ ਕੀਤੀਆਂ ਨੇ ਖਾਸ ਕਰਕੇ ਪਹਿਲਾਂ ਉੱਥੇ ਸ਼ਿਵ ਸ਼ਰਨਾ ਦੇ ਖਿਲਾਫ ਹੂੰ ਹੂੰ ਜਾਂ ਤਾਂ ਉਹ ਕਹਿੰਦੇ ਉਹਨੇ ਚੱਕੀ ਹੋਈ ਪੈਂਚਾਂ ਦੇ ਥਾਣੇਦਾਰ ਦੇ ਬਰੋਬਰ ਬੋਲੇ ਉੱਥੇ ਵੀ ਤਣਾ ਤਣਾਉ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਪੱਖੀ ਹੋਣ ਦਾ ਹੀ ਸੁਭਾਅ ਬਣਿਆ ਜੈਡ ਸਿਕਿਉਰਿਟੀ ਮਿਲ ਗਈ ਹੁਣ ਉਹਨੇ ਜੇ ਤੇ ਕਿਸਾਨਾਂ ਦੇ ਕੋਲ ਕੀਤੀ ਹੁੰਦੀ ਫਿਰ ਤਾਂ ਸ਼ਾਇਦ ਲੋਕਾਂ ਨੂੰ ਗੁੱਸਾ ਨਾ ਆਉਂਦਾ ਉਨੇ ਉਹਨਾ ਬਜ਼ੁਰਗ ਮਾਮਾ ਬਾਰੇ ਕਮੈਂਟ ਕੀਤਾ ਕਿ ਇਹ ਤਾਂ ਕਿਰਾਏ ਦੇ ਲੈਂਦੀਆਂ ਹੋਈਆਂ ਨੇ ਫੇਰ ਪੰਜਾਬੀ ਖੂਨ ਨਾ ਖੋਲੇ ਤੇ ਫਿਰ ਹੋਵੇ ਵੀ ਕੀ ਜਿੰਨੇ ਮਿੱਠੇ ਪਿਆਰੇ ਅੰਦਾਜ਼ ਦੇ ਵਿੱਚ ਕਮਰ ਗਰੇਵਾਲ ਨੇ ਆਪਣੀ ਲਗਭਗ ਤਿੰਨ ਮਿੰਟ ਦੀ ਇੱਕ ਵੀਡੀਓ ਦੇ ਵਿੱਚ ਗੱਲਾਂ ਕੀਤੀਆਂ ਨੇ ਮੈਂ ਉਹ ਸੁਣਦਾ ਸਾਲਚ ਮੇਰਾ ਅਸ਼ਕ ਬਲਹਾਰੇ ਜਾਨ ਨੂੰ ਜੀ ਕਰਦਾ ਉਸ ਨੌਜਵਾਨ ਦੇ ਜਿਸ ਨੇ ਬੜੇ ਕਲੀਅਰ ਤੱਕ ਢੰਗ ਨਾਲ ਕਹਿੰਦਾ بیوی ਤੂੰ ਤੇ ਗੱਲਾਂ ਕਰ ਲਈਆਂ ਸਾਡੀਆਂ ਮਾਵਾਂ ਨੂੰ ਗੱਲਾਂ ਕਰ ਲਈਆਂ ਜਿਹੜੀਆਂ ਅੱਜ ਦੇ ਸਮੇਂ ਦੀਆਂ ਬਾਈ ਭਾਗੋ ਨੇ ਪਰ ਅਸੀਂ ਤੈਨੂੰ ਪੜਾ ਬੋਲ ਨਹੀਂ ਬੋਲਣਾ ਕਿਉਂਕਿ ਤੈਨੂੰ ਸਾਡੀ ਹੈਰੀਟੇਜ ਬਾਰੇ ਪਤਾ ਹੀ ਨਹੀਂ ਹੈ ਸਾਡੀਆਂ ਮਾਵਾਂ ਸਾਨੂੰ ਤੋਰਦੀਆਂ ਨੇ ਮੋਰਚਿਆਂ ਤੇ ਸਾਡੀਆਂ ਮਾਵਾਂ ਸਾਡੀ ਸ਼ਕਤੀ ਨੇ ਜੇ ਸਾਡੇ ਨਾਲ ਤੁਰਦੀਆਂ ਨੇ ਸਾਨੂੰ ਲੱਗਦਾ ਸਾਡਾ ਘਰ ਭਰਿਆ ਭਰਿਆ ਅਸੀਂ ਸਾਰਾ ਸਮੁੱਚਾ ਵਿਹਾਰ ਤਬਦੀਲ ਹੋ ਜਾਂਦਾ ਸਾਡਾ ਜਦੋਂ ਸਾਡੀ ਮਾਵਾਂ ਸਾਡੇ ਨਾਲ ਹੁੰਦੀਆਂ ਨੇ ਸੋ ਇਹਨਾਂ ਮਾਵਾਂ ਨੂੰ ਮੰਦਾ ਨਾ ਬੋਲ ਤਤਵਿੰਦਰ ਬਿੱਟੀ ਨੇ ਵੀ ਅੱਜ ਇਹੀ ਗੱਲ ਉਹਥੇ ਜਾ ਕੇ ਆਖੀਏ ਕਿ ਕਿਸੇ ਪੋਲਿਟਿਕਲ ਪਾਰਟੀ ਦੇ ਕਰੰਦੇ ਬਣ ਕੇ ਉਹ ਗੱਲ ਕਦੇ ਨਾ ਕਰੋ ਜਿਹਦਾ ਜਵਾਬਦੇਹੀ ਦੇਣੀ ਔਖੀ ਹੋ ਜਾਵੇ ਸੋ ਕੰਗੜਾ ਤੂੰ ਅੱਛੀ ਆਰਟਿਸਟ ਹੋ ਸਕਦੀ ਹੈ ਪਰ ਇਹ ਜਿਹੜੀ ਹਰਕਤ ਕੀਤੀ ਹੈ ਬਿਲਕੁਲ ਮਾੜੀ ਹਰਕਤ ਹੈ ਜਿਸ ਦੀ ਔਰਤ ਮੈਨੂੰ ਸ਼ਰਮ ਆ ਰਹੀ ਹੈ ਕਿ ਤੂੰ ਇੱਕ ਔਰਤ ਹੋ ਕੇ ਸਾਡੀਆਂ ਬਜ਼ੁਰਗ ਮਾਮਾ ਵੈਰ ਟਿੱਪਣੀ ਕੀਤੀ ਹੈ ਹੋਰ ਵੀ ਕਈ ਲੋਕਾਂ ਨੇ ਇਸ ਸਿਲਸਲੇ ਦੇ ਵਿੱਚ ਟਿੱਪਣੀਆਂ ਕੀਤੀਆਂ ਨੇ ਹਾਂ ਮੈਂ ਦੱਸਣਾ ਭੁੱਲ ਗਿਆ ਤੁਸੀਂ ਪੁੱਛਿਆ ਕਿ ਹੋਰ ਆਰਟਿਸਟ ਕਿਹੜੇ ਕਿਹੜੇ ਨੇ ਸਿੱਧੂ ਮੂਸੇਵਾਲਾ ਵੀ ਅੱਜ ਇਸ ਮੋਰਚੇ ਤੇ ਪਹੁੰਚਿਆ ਔਰ ਉਸਨੇ ਵੀ ਸਮਰਥਨ ਤਾਂ ਦਿੱਤਾ ਦਿੱਤਾ ਪਹਿਲਾਂ ਵੀ ਮਾਨਸਾ ਜਾਂਦਾ ਰਿਹਾ ਪਰ ਹੁਣ ਉਸਨੇ ਜਿਹੜੀ ਗੱਲ ਮਨਗਾਰ ਕੇ ਆਖੀ ਏ ਕਿ ਸਾਡੇ ਸਾਹਮਣੇ ਆਪਣੀ ਹੋਂਦ ਬਚਾਉਣ ਦੀ ਲੜਾਈ ਏ ਜ਼ਮੀਨਾਂ ਬਚਾਉਣ ਦੀ ਵੀ ਲੜਾਈ ਨਹੀਂ ਸਾਡੀ ਹੋਂਦ ਜਿਹੜੀ ਹੈਗੀ ਉਹ ਜ਼ਮੀਨ ਦੇ ਨਾਲ ਜੁੜੀ ਹੋਈ ਹੈ ਤੇ ਜ਼ਮੀਨ ਦੇ ਬਚੇਗੀ ਤਾਂ ਅਸੀਂ ਬਚਾਂਗੇ ਸੋ ਅੱਜ ਪੰਜਾਬ ਹੀ ਨਹੀਂ ਧਰਤੀ ਦੇ ਹਰ ਕਿਸਾਨ ਦੀ ਹੋਂਦ ਦੀ ਲੜਾਈ ਜਿਹੜੀ ਹੈ ਉਹ ਇਹਨਾਂ ਦਿੱਲੀ ਦੀਆਂ ਗਲੀਆਂ ਚ ਲੈ ਲਈ ਜਾ ਰਹੀ ਹੈ ਤੇ ਮੈਂ ਇਹਦੇ ਚ ਜੇ ਅੱਜ ਨਾਲ ਸ਼ਾਮਲ ਹੁੰਦਾ ਤੇ ਮੇਰੇ ਮਨ ਤੇ ਭਾਰ ਰਹਿਣਾ ਸੀ ਜੀ ਗਿਲ ਸਰ ਜਿਹੜਾ ਜੇਪੀ ਨੱਡਾ ਜੀ ਉਹ ਪਤ ਲੱਗੇ ਗੁਰੂ ਘਰ ਗਏ ਸੀ ਤੇ ਉੱਥੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੀ ਅਸਲਚ ਬਿਰੋਧ ਨਹੀਂ ਕਹਿ ਸਕਦੇ ਰਣਜੀਤ ਜੀ ਉਹ ਅਸਲਚ ਗਿਆ ਸੀ ਮੱਥਾ ਟੇਕਣੇ ਇੱਕ ਰਿਚੂਅਲ ਬਣਿਆ ਹੋਇਆ ਕਿ ਪੋਲਿਟਿਕਲ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਦਿੱਲੀ ਚ ਬੈਠੇ ਹੋਣ ਜੇ ਤੇ ਉਹ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਦੇ ਜਾ ਕੇ ਮੱਥਾ ਟੇਕਦੇ ਨੇ ਜੀ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਜਦੋਂ ਗਿਆ ਨੈਸ਼ਨਲ ਪ੍ਰੈਜ਼ੀਡੈਂਟ ਹੈ ਭਾਰਤੀ ਜਨਤਾ ਪਾਰਟੀ ਦਾ ਤਾਂ ਉੱਥੇ ਕੁਝ ਨੌਜਵਾਨ ਸੀ ਜਿਹੜੇ ਸਾਡੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਸੰਬੰਧਿਤ ਮੱਥਾ ਟੇਕਣ ਗਏ ਹੋਏ ਸੀ ਉਹਨਾਂ ਨੇ ਇਹਨੂੰ ਕਿਹਾ ਕਿ ਜਦੋਂ ਪਤਾ ਲੱਗਿਆ ਕਿ ਭਾਜਪਾ ਦਾ ਨੈਸ਼ਨਲ ਪ੍ਰੈਜ਼ੀਡੈਂਟ ਆ ਰਿਹਾ ਉਹ ਜੀ ਆਪਣੇ ਨੁਕਤੇ ਪੇਸ਼ ਕਰਨ ਚਾਹੇ ਪਰ ਜਿਹੜੇ ਸਿਕਿਉਰਿਟੀ ਵਾਲੇ ਹੁੰਦੇ ਨੇ ਉਹ ਜਿਵੇਂ ਕਹਿੰਦੇ ਆ ਰਾਮ ਮੁਹੰਮਦ ਈਸਾ ਨਾਨਕ ਨੇ ਨਰਮ ਨੇ ਫਤਿਹਲੀ ਦਾ ਠੀਕ ਨੇ ਚਮਚੇ ਗਰਮ ਨੇ ਉਹ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੇ ਉਹਨੂੰ ਪਿੱਛੇ ਧਕੇਲ ਦਿੱਤਾ ਉਹ ਉੱਥੇ ਥੋੜਾ ਜਿਹਾ ਗਰਮਗਰਮੀ ਵੀ ਹੋਈ ਪਰ ਉਹ ਜੇਪੀ ਨਡਰ ਮਿਲ ਨਹੀਂ ਸਕੇ ਸੋ ਮੀਡੀਆ ਦੇ ਮੁਤਾਬਕ ਉਸ ਕਫਲ ਜਿਹੜੀ ਹੋਈ ਹੈ ਉਹ ਨਦ ਦਾ ਵਿਰੋਧ ਹੋਇਆ ਵਿਰੋਧ ਅਸਲ ਨਹੀਂ ਸੀ ਅਸਲ ਚ ਗੁਰੂ ਘਰ ਦੇ ਵਿੱਚ ਵਿਰੋਧ ਕਿਸੇ ਦਾ ਕੀਤਾ ਹੀ ਨਹੀਂ ਜਾਂਦਾ ਗੁਰੂ ਘਰ ਦੇ ਵਿੱਚ ਤੇ ਬਹਿ ਕੇ ਵੀਰੋ ਵਿਚਾਰ ਕੀਤਾ ਜਾਂਦਾ ਤੇ ਜੇ ਕੋਈ ਵਿਚਾਰ ਤੋਂ ਭੱਜੇ ਉਹਦੇ ਨਾਲ ਦਾ ਹਲਕਾ ਕਾਰਜ ਕੋਈ ਨਹੀਂ ਹੁੰਦਾ ਕਿਉਂਕਿ ਗੁਰੂ ਘਰ ਹੈ ਹੀ ਵਿਚਾਰ ਵਾਸਤੇ ਨੇ ਜੀ ਜੇ ਤੁਸੀਂ ਗੁਰੂ ਘਰ ਦੇ ਵਿੱਚ ਗਏ ਹੋ ਤਾਂ ਦੁਖਿਆਰਾ ਜੇ ਤੁਹਾਨੂੰ ਦੁੱਖ ਦੱਸਣਾ ਚਾਹੁੰਦਾ ਤਾਂ ਸੁਣਨਾ ਬਣਦਾ ਉਹ ਬੰਦੇ ਜਿਹੜੇ ਦੱਸ ਰਹੇ ਸੀ মিডিਆ ਨੂੰ ਇਹ ਕਹਿ ਰਹੇ ਸੀ ਕਿ ਸਿਰਫ ਇੰਨੀ ਗੱਲ ਕਹਿਣੀ ਸੀ ਕਿ ਐਨੇ ਦਿਨ ਹੋ ਗਏ ਸਾਨੂੰ ਰੁੱਲਦਿਆਂ ਨੂੰ ਯਾਰ ਤੁਸੀਂ ਹਕੂਮਤ ਕਰ ਰਹੇ ਹੋ ਇਸ ਮੁਲਕ ਦੇ ਉੱਤੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਲੋਕ ਜਿਹੜੀ ਜਿਹੜੀ ਪਰਦਾ ਦੇਸ਼ ਦੀ ਉਹਦਾ ਹਾਲ ਕੀ ਹੈ ਉਹਨੂੰ ਕਿਉਂ ਤੁਸੀਂ ਨੀਲੇ ਅੰਬਰ ਥੱਲੇ ਰੋਲ ਰਹੇ ਇਹ ਤੇ ਗਲਤ ਸੀ ਇੰਨੀ ਕੀ ਕਰਨੀ ਸੀ ਉਹ ਵੀ ਨਹੀਂ ਸੁਣੀ ਅਗਲੇ ਨੇ ਸੋ ਕਿਉਂ ਹੁਣ ਅਸੀਂ ਮੀਡੀਆ ਨਾਲ ਹੀ ਕਰ ਰਹੇ ਹਾਂ ਇਹ ਗੱਲ ਸੋ ਇੰਨੀ ਗੱਲ ਹੀ ਹੋਈ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਠੀਕ ਹੈ ਜੀ ਪੰਜਾਬ ਦੇ ਖਿਡਾਰੀਆਂ ਵੱਲੋਂ ਕੋਈ ਸਨਮਾਨ ਵਾਪਸ ਕੀਤਾ ਜਾ ਰਹੇ ਨੇ ਜੀ ਇਸ ਫਾਰਮਰਸ ਦੀ ਮੂਵਮੈਂਟ ਨੂੰ ਲੈ ਕੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਜਲੰਧਰ ਦੇ ਵਿੱਚ ਅਰਜੁਨਾ ਵਾਰਡੀ ਔਰ ਏਸ਼ੀਅਨ 스타 ਬਹੁਤ ਵੱਡੇ ਪਹਿਲਵਾਨ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਪਹਿਲਵਾਨ ਕਰਤਾਰ ਸਿੰਘ ਭਰਾਨੇ ਨਾਲ ਅਰਜੁਨਾਵਾੜੀ ਬਾਸquetball ਦੀ ਇੰਡੀਅਨ ਟੀਮ ਦੇ ਕੈਪਟਨ ਰਹੇ ਨੇ ਸਰ ਸਜਨ ਸਿੰਘ ਚੀਮਾ ਇੰਡੀਅਨ ਹਾਕੀ ਟੀਮ ਦੀ ਕਪਤਾਨ رہی ਹੈ ਵੀ ਬਿਹਰਾਜ ਵੀਰ ਕੌਰ ਔਰ ਰਾਜੇਂਦਰ ਸਿੰਘ ਜਿਹੜੇ ਕ੍ਰਿਕਟ ਕੋਚ ਰਹੇ ਨੇ ਪੰਜਾਬ ਦੀ ਟੀਮ ਦੇ ਔਰ ਆਪ ਸੈਲੀਬ੍ਰਿਟਿਡ ਬਹੁਤ ਅੱਛੇ ਖਿਡਾਰੀ ਰਹੇ ਨੇ ਆਪਣੇ ਵਕਤਾਂ ਚ ਉਹਨਾਂ ਦਾ ਪ੍ਰੈਸ ਕਾਨਫਰੰਸ ਕਰਕੇ ਖਿਡਾਰੀਆਂ ਦੀ ਅਥੇਮਤੀ ਵੱਲੋਂ ਫੈਸਲਾ ਕੀਤਾ ਕਿ ਜਿੰਨੇ ਵੀ ਸਾਨੂੰ ਪੁਰਸਕਾਰ ਹੁਣ ਤੱਕ ਗਵਰਨਮੈਂਟ ਆਫ ਇੰਡੀਆ ਨੇ ਦਿੱਤੇ ਨੇ ਉਹ ਪ੍ਰੋਟੈਸਟ ਦੇ ਰੂਪ ਦੇ ਵਿੱਚ ਅਸੀਂ ਵਾਪਸ ਕਰਾਂਗੇ ਕਿਉਂਕਿ ਅਸੀਂ ਆਪਣੀ ਧਰਤੀ ਦੇ ਜੇ ਕਿਸਾਨਾਂ ਦੀ ਪੀੜ ਨੂੰ ਇਸ ਤੰਗਰਲ ਪੇਸ਼ ਕਰ ਸਕੀਏ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕੰਟਰੀਬਿਊਸ਼ਨ ਹੋਵੇਗੀ ਬਾਕੀ ਯੋਗਰਾਜ ਜਿਹੜੇ ਸਾਬਕਾ ਕ੍ਰਿਕਟਰ ਨੇ ਔਰ ਫਿਲਮ ਐਕਟਰ ਨੇ ਉਹਨਾਂ ਨੇ ਵੀ ਅੱਜ ਉੱਥੇ ਜਾ ਕੇ ਤੇ ਆਪਣੀ ਸਾਰੇ ਡਿਊਟੀ ਜਾਰ ਕੀਤੀ ਹੈ ਬਾਰਡਰ ਤੇ ਜਾ ਕੇ ਸਿੰਘੂ ਬਾਰਡਰ ਤੇ ਤੇ ਉਹਨਾਂ ਦੇ ਸਾਕ ਵੀ ਕਹਿੰਦਾ ਕਿ 500 600 ਸਾਲ ਤੋਂ ਲੱਗਿਆ ਸੀ ਮੁਗਲਾਂ ਨੂੰ ਇੱਥੋਂ ਖਦੇੜਨ ਵਾਸਤੇ ਤੇ 200 ਸਾਲ ਲੱਗਿਆ ਸੀ ਅੰਗਰੇਜ਼ਾਂ ਨੂੰ ਖੇੜੇਣ ਵਾਸਤੇ ਤੇ ਜਿਹੜੇ ਅੱਜ ਸਾਡੀਆਂ ਜ਼ਿੰਦਗੀਆਂ ਖਰਾਬ ਕਰਨ ਵਾਲੇ ਸਿਆਸਤਦਾਨ ਨੇ ਉਹ ਚਾਹੇ ਕਿਸੇ ਪੋਲੀਟੀਕਲ ਪਾਰਟੀ ਦੇ ਨੇ ਜੀ ਇਹਨਾਂ ਨੂੰ ਖੇੜੇਣ ਵਾਸਤੇ ਕਿੰਨਾ ਵਕਤ ਲੱਗ ਗਿਆ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਜੇ ਲੋਕ ਰਾਜ ਆ ਤਾਂ ਵਿੱਚ ਲੋਕਾਂ ਦਾ ਰਾਜ ਚਾਹੀਦਾ ਲੋਕ ਰਾਜ ਦੇ ਵਿੱਚ ਹਕੂਮਤ ਨਹੀਂ ਚਾਹੀਦੀ ਜਿਹੜੀ ਹਕੂਮਤ ਸਿਰ ਨੂੰ ਚੜ ਗਈ ਹੈ ਨਾ ਹੂੰ ਹੂੰ ਇਹ ਲੋਕ ਲਾਉਣਾ ਜਾਣਦੇ ਨੇ ਔਰ ਉਹਨੇ ਵੀ اپیل ਕੀਤੀ ਕਿ ਕਿਸਾਨਾਂ ਨੂੰ ਆਪਣੀ ਇੱਕ ਵੱਖਰੀ ਇੰਡੀਪੈਂਡੈਂਟ پارٹی ਬਣਾਉਣੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਜਿਹੜੀਆਂ ਰਵਾਇਤੀ ਪੋਲਿਟਿਕਲ ਪਾਰਟੀਆਂ ਨਾਲ ਗੁਲਾਮੀ ਤੋਂ ਮੁਕਤੀ حاصل ਹੋਵੇ ਔਰ ਉਹਨਾਂ ਦਾ ਹੰਕਾਰ ਜਿਹੜਾ ਧਰਤੀ ਤੇ ਲਿਆਂਦਾ ਜਾ ਸਕੇ ਠੀਕ ਹੈ ਜੀ ਗਿੱਲ ਸਾਹਿਬ ਖੀਰ ਦੇ ਵਿੱਚ ਕੀ ਕੋਈ ਖਬਰ ਜਾਂ ਕੋਈ ਸੂਚਨਾ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜੀ ਇਹਦੇ ਵਿੱਚ ਤਾਂ ਇਹੀ ਪਤਾ ਲੱਗਿਆ ਜੀ ਕਿ ਦਿੱਲੀ ਦੇ ਵਿੱਚ ਆਰਮੀ ਨੂੰ ਵੀ ਅਲਰਟ ਕਰ ਦਿੱਤਾ ਗਿਆ ਔਰ ਪੀਐਸਐਫ ਨੂੰ ਵੀ ਬੁਲਾ ਲਿਆ ਗਿਆ ਇਹ ਵੈਸੇ ਤੇ ਹੁੰਦੀਆਂ ਪੇਸ਼ਵੰਦੀਆਂ ਹੁੰਦੀਆਂ ਨੇ ਪਰ ਅੱਜ ਉਥੋਂ ਕਿਸਾਨ ਮੋਰਚੇ ਤੋਂ ਟੈਲੀਫੋਨ ਤੇ ਮੈਨੂੰ ਕੁਝ ਦੋਸਤਾਂ ਨੇ ਦੱਸਿਆ ਕਿ ਉਹਨਾਂ ਨੂੰ ਵੇਖ ਕੇ ਸਗੋਂ ਹੋਰ ਉਤਸ਼ਾਹ ਜਿਹੜਾ ਹੈਗਾ ਵਧ ਰਿਹਾ ਹੈ। ਦੂਸਰਾ ਜਿਹੜਾ ਇੱਕ ਬਹੁਤ ਮਹੱਤਵਪੂਰਨ ਡਵੈਲਪਮੈਂਟ ਇਹ ਹੈ ਕਿ ਜਿਹੜੇ ਲੋਕ ਘਰਾਂ 'ਚ ਬੈਠੇ ਹੋਏ ਸੀ ਉਹਨਾਂ ਨੇ ਵੀ ਦਿੱਲੀ ਦੀ ਚਾਲੇ ਪਾ ਦਿੱਤੇ ਨੇ ਪੰਜਾਬ ਤੋਂ, ਹਰਿਆਣਾ ਤੋਂ, ਰਾਜਸਥਾਨ ਤੋਂ ਔਰ ਕਾਫਲੇ ਦੇ ਕਾਫਲੇ ਦਿੱਲੀ ਵੱਲੋਂ ਜਾ ਰਹੇ ਨੇ। ਤੇ ਲੋਕਾਂ ਦਾ ਇਸ ਹੱਦ ਤੱਕ ਮੋਬਾਈਲਾਈਜ਼ ਹੋ ਜਾਣਾ, ਇਸ ਹੱਦ ਤੱਕ ਸਰਗਰਮ ਹੋ ਕੇ ਆਪਣੇ ਕਿਸਾਨ ਹਿੱਤਾ ਦੀ ਪੂਰਤੀ ਵਾਸਤੇ ਤਰਪੈਣਾ ਕਿ ਕੋਈ ਪਤਾ ਚੰਗਾ ਸ਼ਗਨ ਨਹੀਂ ਹੈ ਦੇਸ਼ ਦੀ ਹਕੂਮਤ ਨੂੰ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਖੇਤੀਬਾੜੀ ਮੰਤਰੀ ਤੇ ਇਸ ਗੱਲ ਨੂੰ ਜਿਹੜੇ ਡੀਲ ਕਰ ਰਹੇ ਲੋਕ ਨੇ ਉਹਨਾਂ ਨੂੰ ਇਸ ਗੱਲ ਦੀ ਸੀਰੀਅਸਨੈਸ ਤੋਂ ਗੰਭੀਰਤਾ ਤੋਂ ਜ਼ਰੂਰ ਇਸ਼ਾਰੇ ਲੈਣੇ ਚਾਹੀਦੇ ਨੇ ਕਿ ਇਸ ਹੱਦ ਤੱਕ ਟਕਰਾਵ ਨਾ ਵੱਜ ਜਾਵੇ ਕਿ ਕੋਈ ਐਸੀ ਸਥਿਤੀ ਪਹੁੰਚ ਜਾਵੇ ਕਿ ਤੇ ਡਾਇਲੌਗ ਮੁੱਕ ਜਾਵੇ ਤੇ ਟਕਰਾਅ ਸ਼ੁਰੂ ਹੋ ਜਾਵੇ ਹੁਣ ਤੱਕ ਰੱਖਿਆ ਡਿਸਪਲਿਨ ਖਾਸ ਕਰਕੇ ਜ 54 55 ਦਿਨ ਸੀਗਾ ਇਹ ਆਪਣੇ ਆਪ ਦੇ ਬਵਾਰਕ ਦਾ ਹੱਕਦਾਰ ਹੈ ਕਿ ਜਿੱਥੇ ਬੰਦੀਆਂ ਨੇ ਆਪਣੇ ਆਪ ਨੂੰ ਇੱਕ ਡਿਸਪਲਿਨ ਚ ਢਾਲ ਕੇ ਆਪਣੇ ਆਪ ਨੂੰ ਇੱਕ ਨਿਸ਼ਚੇ ਕਰ ਆਪਣੀ ਜੀਤ ਕਰਨ ਦੇ ਰਾਹ ਤੋਰ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਆਜ਼ਾਦ ਭਾਰਤ ਦੇ ਵਿੱਚ ਇੰਨੀ ਵੱਡੀ ਗਿਣਤੀ ਇੰਨੀ ਆਰਗੇਨਾਈਜ਼ਡ ਵੇ ਨਾਲ ਇੰਨੀ ਅਮਨ ਪਸੰਦੀ ਨਾਲ ਸ਼ਾਇਦ ਕਰੇ ਦਿੱਲੀ ਵਾਲੋਂ ਕੁਝ ਨਹੀਂ ਕੀਤੀ ਸੋ ਇਹਨੂੰ ਜੰਗ ਹਿੰਦ ਪੰਜਾਬ ਦਾ ਬਣਾਉਣ ਤੋਂ ਗੁਰੇਜ਼ ਕਰਨ ਦੀ ਲੋੜ ਹੈ ਜਿਹੜੀਆਂ ਤਤੀਆਂ ਗੱਲਾਂ ਕਰਦੇ ਨੇ ਅੱਜ ਕੁਝ ਸਿਆਸਤਦਾਨਾਂ ਨੇ ਇਹ ਵੀ ਗੱਲ ਆਖੀ ਉੱਥੇ ਕਿ ਸਾਨੂੰ ਜਿ ਕਿਸਾਨ ਜਥੇਬੰਦੀਆਂ ਟਾਇਲਟ ਨਹੀਂ ਕਰਦੀਆਂ ਉਹ ਭਾਈ ਟਾਇਲਟ ਤਾਂ ਕਰਨਗੇ ਤੁਹਾਡੀਆਂ ਕਰਤੂਤਾਂ ਟਾਇਲਟ ਹੋਣ ਵਾਲੀਆਂ ਹੋਣ ਤੁਹਾਡਾ ਹੀ ਤਾਂ ਬੀਜੇ ਹੋਇ ਵੜ ਰਹੇ ਨੇ ਉਹ ਜੇ ਤੁਸੀਂ ਜਿਉਂਦੇ ਜਾਗਦੇ ਹੁੰਦੇ ਤੁਸੀਂ ਇਸ ਗੱਲ ਨੂੰ ਨਜਿੱਠਣ ਜੋਗੇ ਹੁੰਦੇ ਤਾਂ ਉਹਨਾਂ ਨੂੰ ਉੱਥੇ ਜਾ ਕੇ 85-85 ਸਾਲ ਦੇ 80 ਸਾਲ ਦੇ ਬਜ਼ੁਰਗਾਂ ਜਾ ਕੇ ਹੱਡਰ ਕਰਨ ਦੀ ਕੀ ਲੋੜ ਸੀ ਠੰਡ ਦੇ ਵਿੱਚ ਉੱਥੇ ਜਾ ਕੇ ਦੂਸਰੀ ਗੱਲ ਇਹਨੇ ਕਿਸਾਨ ਜਥੇਬੰਦੀਆਂ ਨੇ ਕਹੀਆਂ ਨੇ ਉਹ ਗੱਲਾਂ ਵੀ ਬੜੀਆਂ ਇੰਪੋਰਟੈਂਟ ਨੇ ਜੀ ਕਿ ਕੋਈ ਸਰارتی ਐਲੀਮੈਂਟ ਚਾਹੇ ਉਹ ਹਰਿਆਣਵੀ ਹੋਵੇ ਚਾਹੇ ਪੰਜਾਬੀ ਹੋਵੇ ਦਿੱਲੀ ਦਾ ਹੋਵੇ ਜੇ ਸਾਨੂੰ ਟੱਕਰ ਗਿਆ ਉਹਨੂੰ ਛੱਡਾਂਗੇ ਨਹੀਂ ਉਹਨੂੰ ਫਿਰ ਤੋਂ ਪਹਿਲਾਂ ਦੇ ਪੁਲਿਸ ਹਵਾਲੇ ਕਰਾਂਗੇ ਜਿਵੇਂ ਕੱਲ ਪਰਸੂ ਉਹਨਾਂ ਨੇ ਦੋ ਬੰਦੇ ਪੇਸ਼ ਕੀਤੇ ਕੰਨ ਫੜ ਕੇ ਮਾਫੀ ਮੰਗਵਾਈ ਪੁਲਿਸ ਦੇ ਸਾਹਮਣੇ ਜਿਨ੍ਹਾਂ ਨੇ ਮੰਨਿਆ ਕਿ ਰੋੜਾ ਸੀ ਰੋੜਾ ਸੀ ਮਾਰਿਆ ਸੀ ਪੁਲਿਸ ਤੇ ਔਰ ਪ੍ਰੋਵੋਕੇਸ਼ਨ ਦੇ ਵਿੱਚੋਂ ਬਾਅਦ ਚ ਉੱਥੇ ਗੈਸ ਦੇ ਤੇ ਹੋਰ ਸਾਰੇ ਜਿਹੜੇ ਨੇ ਉਹ ਉੱਥੇ ਧੂਆਂ ਧਾਰ ਉਹਨਾਂ ਦੇ ਜਿਹੜੇ ਉੱਥੇ ਹੋਏ ਮਤਲਬ ਸ਼ੈਲਜ਼ ਚਲਾਏ ਗਏ ਉੱਥੇ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਇਹ ਗੱਲਾਂ ਕਿਸਾਨ ਜਥੇਬੰਦੀਆਂ ਦੇ ਆਗੂ ਜਾਣਦੇ ਨੇ ਇਹ ਤਾਂ ਹੀ ਕਰ ਰਹੇ ਨੇ ਕਿ ਸ਼ਰਾਰਤੀ ਤੱਤ ਜਿਹੜੇ ਨੇ ਕਿਸੇ ਵੀ ਉਸ ਦੇ ਵਿੱਚ ਐਕਟਿਵ ਹੋ ਕੇ ਸਾਡੀ ਸਾਰੀ ਖੇਡ ਵਿਗਾੜ ਸਕਦੇ ਨੇ ਦੂਸਰੀ ਗੱਲ ਗੁਨਾਨੰਦ ਪਾਤਸ਼ਾ ਦੇ ਦਿਹਾੜੇ ਤੇ ਅੱਜ ਜਿਸ ਕਿਸਮ ਦਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਆਪ ਨੂੰ ਸੰਤੁਲਨ ਚ ਰੱਖ ਕੇ ਬਤੌਰ ਕੀਰਤੀ ਬਤੌਰ ਕਿਸਾਨ ਪੁੱਟ ਕੀਤਾ ਇਹ ਆਪਣੇ ਆਪ ਤੇ ਜੀ ਬੜੀ ਬੜੀ ਟ੍ਰਿਬਿਊਟ ਆ ਪਹਿਲੀ ਪਾਤਸ਼ਾ ਗੁਨਾਨੰਦ ਪਾਤਸ਼ਾ ਨੂੰ ਜਿਨ੍ਹਾਂ ਦੇ ਪ੍ਰਕਾਸ਼ਪੁਰ ਉਤੇ ਵਸ 51 ਪ੍ਰਕਾਸ਼ਪੁਰ ਉਤੇ ਇਹ ਜਥੇਬੰਦੀਆਂ ਦੇ ਆਗੂ ਜਰ ਨੀਲੇ ਅਸਮਾਨ ਥੱਲੇ ਜਿੱਥੇ ਗਗਨਮੈਥਾ ਦਾ ਵਿਚੰਦੀਪਕ ਬਣੇ ਤਾਰਿਕਾ ਮੰਡਲ ਜਨਕਮੋਤੀ ਦੀ ਆਰਤੀ ਵੀ ਹੋ ਰਹੀ ਹੈ ਤੇ ਉਹ ਸਾਰੇ ਜਿਹੜੇ ਨੇ ਉਹ 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 ਸਾਰੇ ਜਿਹੜੇ ਨੇ ਉਹ ਇਹ ਸਿਲਸਿਲੇ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਨਗੇ ਬਾਕੀ ਕੁਝ ਦੋਸਤਾਂ ਨੇ ਇਸ ਗੱਲ ਬਾਰੇ ਵੀ ਮੈਨੂੰ ਦੱਸਿਆ ਕਿ ਕੁਝ ਜਰਨਲਿਸਟ ਵੀ ਆਪੋ ਆਪਣੇ ادارے ਤੋਂ ਦੁਖੀ ਹੋ ਕੇ ਆ ਆਪਣੇ ਨੌਕਰੀ ਛੱਡ ਕੇ ਉਹਨਾਂ ਜਥੇਬੰਦੀਆਂ ਵੱਲ ਸ਼ਾਮਲ ਹੋ ਰਹੇ ਨੇ ਜਾਂ ਕੁਝ ਲੋਕਾਂ ਨੂੰ ਜਿਹੜੇ ਇਹਨੂੰ ਗੋਦੀ ਮੀਡੀਆ ਕਹਿੰਦੇ ਆ ਉਹ ਵੀ हायर ਕਰ ਰਿਹਾ ਕਿ ਪੰਜਾਬ ਦੇ ਜਰਨਲਿਸਟਾਂ ਨੂੰ ਆਪਣੀ ਬੋਲੀ ਬਲਵਾਈ ਜਾ ਸਕੇ ਵੱਧ ਪੇ ਪੈਕੇਟ ਦੇ ਕੇ ਉਹਨਾਂ ਨੂੰ ਆਪਣੇ ਨਾਲ ਜੋੜ ਰਿਹਾ ਤਾਂ ਕਿ ਉਹ ਆਪਣੀ ਗੱਲ ਜਿਹੜੀ ਹੈਗੀ ਲੋਕਾਂ ਤੱਕ ਲੈ ਕੇ ਜਾ ਜਾ ਸਕਣ ਸੋ ਇਹ ਜਿਹੜੀਆਂ ਚਲਾਕੀਆਂ ਨੇ ਫੁਰਤੀਆਂ ਨੇ ਇਹ ਲੋਕਾਂ ਨੂੰ ਪਤਾ ਨਹੀਂ ਕਿ ਮੀਡੀਆ ਦੇ ਬਿਕੋਵ ਵਾਲ ਨੂੰ ਪੰਜਾਬ ਦੇ ਵਿੱਚੋਂ ਖਰੀਦ ਕੇ ਤੁਸੀਂ ਆਪਣੀ ਬੋਲੀ ਫਿਰ ਵੀ ਨਹੀਂ ਬੁਲਵਾ ਸਕਣੀ ਕਿਉਂਕਿ ਦਰਦ ਦੀ ਬਾਤ ਪਾਉਣ ਵਾਲੇ ਲੋਕ ਜਿਹੜੇ ਨੇ ਕਦੇ ਵੀ ਉਹ ਅਣਖ ਦੀ ਰੋਟੀ ਖਾਣ ਵਾਲੇ ਕਦੇ ਕਣਕ ਦੀ ਰੋਟੀ ਨੂੰ ਸਵਾਦ ਨਹੀਂ ਕਹਿੰਦੇ ਪੰਜਾਬ ਅਣਖ ਦੀ ਰੋਟੀ ਖਾਣ ਵਾਲੀ ਧਰਤੀ ਹੈ ਸੋ ਇੱਕ ਸੱਜਰੀ ਖਬਰ ਹੁਣੇ ਪਤਾ ਲੱਗੀ ਹੈ ਕਿ ਸਿਮਰਨ ਜੋਤ ਸਿੰਘ ਮੱਕੜ ਇੱਕ ਜਰਨਲਿਸਟ ਨੇ ਉਹਨਾਂ ਨੇ ਅਸਤੀਫਾ ਦੇ ਕੇ ਇੱਕ ਚੈਨਲ ਤੋਂ ਹੁਣ ਰਿਪਬਲਿਕ ਟਾਈਮਜ਼ ਜਿਹੜਾ ਦਰਸ਼ਕ ਦਰਸ਼ਨ ਬੱਕੜ ਹੋਰਾਂ ਦੀ ਗਵਾਹੀ ਥਲੇ ਚੱਲ ਰਿਹਾ ਜਿਹੜੇ ਜੀ ਦੇ న్యూਸ ਐਡੀਟਰ ਹੁੰਦੇ ਸੀ ਉਸ ਨੂੰ ਜਾਇਨ ਕਰ ਲਿਆ ਔਰ ਇਸ ਜਿਹੜੇ ਜਰਨਲਿਸਟ ਨੇ ਸਿਮਰਜੂਤ ਬੱਕੜ ਨੂੰ ਬੜਾ ਇੰਪੈਕਟ ਛੱਡਿਆ ਅੱਜ ਆਪਾਂ ਹੋਰ ਵੀ ਕੁਝ ਜਰਨਲਿਸਟ ਬਾਰੇ ਜਾਣਕਾਰੀਆਂ ਮਿਲੀਆਂ ਨੇ ਕਿ ਉਹ ਵੀ ਵਕਫਾ ਥਾਵਾਂ ਤੋਂ ਦੇਸ ਦੇ ਸਰਟੀਫਿਕੇਸ਼ਨ ਸਾਬਤ ਕਰਦੇ ਹੋਏ ਆਪਣੇ ਆਪ ਨੂੰ ਨਵੇਂ ਰਾਹ ਦੇ ਤੌਰ ਤੇ ਰਹਿ ਗਏ ਜੀ ਜਿਲ ਸਰਬ ਅੱਜ ਦਾ ਪ੍ਰੋਗਰਾਮ ਇੱਥੇਸ ਮਾਫਤ ਹੁੰਦਾ ਤੇ ਆਪ ਤੋਂ ਅੱਗੇ ਲੈਨੇ ਜੀ ਸਾਰੇ ਦਰਸ਼ਕਾਂ ਤੋਂ ਵੀ ਅੱਗੇ ਲੈਨੇ ਆ ਜੀ ਸਾਰੇ ਪੰਜਾਬੀ ਨੈਸ਼ਨਲ ਦੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ